ਸੰਗਤ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਬੁੱਧਵਾਰ ਦੀ ਤਰ੍ਹਾਂ NRI ਪ੍ਰੋਗਰਾਮ ਲੈ ਕੇ ਆਪ ਦੀ ਸੇਵਾ ਵਿੱਚ ਹਾਜ਼ਰ ਹਾਂ। ਅੱਜ ਜਿੱਥੇ ਪ੍ਰੋਗਰਾਮ ਦੇ ਵਿੱਚ ਅਸੀਂ ਪੈਨ ਕਾਰਡ ਜਾਂ ਹੋਰ ਪਾਸਪੋਰਟਾਂ ਬਾਰੇ ਜਾਂ ਵੀਜ਼ਿਆਂ ਬਾਰੇ ਗੱਲਬਾਤ ਕਰਦੇ ਹਾਂ, ਅੱਜ ਅਸੀਂ ਗੱਲਬਾਤ ਕਰਨ ਤੋਂ ਪਹਿਲਾਂ ਆਪ ਦੇ ਚਰਨਾਂ ਵਿੱਚ ਇੱਕ ਸੰਗਤ TV ਲਈ ਅਪੀਲ ਕਰਨਾ ਚਾਹਾਂਗੇ, ਕਿਉਂਕਿ ਆਪਨੇ ਭਾਵਾਂ ਹੋਰ ਪ੍ਰੋਗਰਾਮਾਂ ਵਿੱਚ ਵੀ ਸਾਡੇ ਬਹੁਤ ਸਾਰੇ ਜਿਹੜੇ ਪ੍ਰਬੰਧਕ ਜਾਂ ਟਰੱਸਟੀ ਪ੍ਰਜੈਂਟਰ, ਉਹਨਾਂ ਨੇ ਆਪ ਦੀ ਸੇਵਾ ਵਿੱਚ ਅਪੀਲ ਰੱਖੀ ਵੀ ਹੈ, ਕਿਉਂਕਿ ਸੰਸਾਰ ਦੇ ਉੱਤੇ ਕੋਈ ਵੀ ਕੰਮ ਪੈਸੇ ਤੋਂ ਬਗੈਰ ਨਹੀਂ ਚੱਲਦਾ। ਭਾਵਾਂ ਕਿ ਬਹੁਤ ਸਾਰੇ ਸੱਜਣ ਜਿਹੜੇ ਕਿ ਫ੍ਰੀ ਸੇਵਾ ਕਰ ਰਹੇ ਹਨ, ਬੜੇ ਚਿਰਾਂ ਤੋਂ ਕਰ ਰਹੇ ਹਨ, ਲੇਕਿਨ ਫਿਰ ਵੀ ਜੋ ਟੈਲੀਵਿਜ਼ਨ ਚਲਾਉਣ ਦੇ ਖਰਚੇ ਆਪ ਸੰਗਤਾਂ ਬਹੁਤ ਸਹਿਯੋਗ ਦਿੰਦੀਆਂ, ਉਹ 7 ਸਾਲ ਤੋਂ ਤਕਰੀਬਨ ਆਪ ਸੰਗਤਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਚੱਲਦੇ ਆ ਰਹੇ ਹਨ, ਕਿਉਂਕਿ ਸੰਗਤਾਂ ਦੇ ਸਹਿਯੋਗ ਤੋਂ ਬਗੈਰਾਂ ਇਹ ਕੰਮ ਚਲਾਏ ਨਹੀਂ ਜਾ ਸਕਦੇ। ਕਿਉਂਕਿ ਜੋ ਚੈਰਿਟੀ ਦੇ ਕੰਮ ਹੁੰਦੇ, ਸਾਂਝੇ ਕੰਮ ਹੁੰਦੇ ਹਨ, ਉਹ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦੇ ਹਨ। ਅਤੇ ਹੁਣ ਫਿਰ ਜਿਹੜਾ ਇੱਥੇ ਦਾ ਅਤੇ ਹਰ ਮਹੀਨੇ ਖਰਚਾ ਜੋ ਹੈ ਉਹ ਆ ਹੀ ਜਾਂਦਾ ਹੈ, ਕਿਉਂਕਿ ਜੋ ਟੈਲੀਵਿਜ਼ਨ ਦੇ ਵਿੱਚ ਬਹੁਤ ਘੱਟ ਸਟਾਫ, ਘੱਟ ਤੋਂ ਘੱਟ ਸਟਾਫ ਰੱਖ ਕੇ ਜਿਹੜਾ ਇਹ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਲੇਕਿਨ ਕੁਝ ਖਰਚੇ ਐਸੇ ਹਨ ਕਿ ਜਿਨ੍ਹਾਂ ਤੋਂ ਬਗੈਰ ਟੈਲੀਵਿਜ਼ਨ ਨਹੀਂ ਚੱਲ ਸਕਦਾ। ਮੈਂ ਦਰਸ਼ਕਾਂ ਨੂੰ ਬੇਨਤੀ ਕਰਾਂਗਾ, ਜਿੱਥੇ ਆਪ ਧਾਰਮਿਕ ਪ੍ਰੋਗਰਾਮ ਸੁਣਦੇ ਹੋ, ਨਿਊਜ਼ ਸੁਣਦੇ ਹੋ, ਅਤੇ ਉੱਥੇ NRI ਪ੍ਰੋਗਰਾਮ ਦੇ ਵਿੱਚ ਜੋ ਵੀ ਸਾਡੇ ਕਮਿਊਨਿਟੀ ਨੂੰ, ਸਾਡੇ NRI ਭੈਣ ਭਰਾਵਾਂ ਨੂੰ ਦੁੱਖ ਤਕਲੀਫਾਂ ਆਉਂਦੀਆਂ ਹਨ, ਉਹ ਆਪ ਦੇ ਨਾਲ ਸਾਂਝੀਆਂ ਕਰੀਦੀਆਂ ਹਨ, ਜਾਂ ਕੋਈ ਨਵੀਂ ਚੀਜ਼ ਆਉਂਦੀ ਹੈ ਆਪ ਦੇ ਨਾਲ ਸ਼ੇਅਰ ਕਰਦੇ ਹਾਂ। ਕਿਉਂਕਿ ਟੈਲੀਵਿਜ਼ਨ ਚੱਲਣ ਦਾ ਫਾਇਦਾ ਵੀ ਸਾਡੀ ਕਮਿਊਨਿਟੀ ਨੇ ਬਹੁਤ ਹੈ। ਘਰ ਬੈਠਿਆਂ ਕਈ ਵਾਰ ਕਈ ਸੱਜਣ ਬੁਢਾਪੇ ਵਿੱਚ ਕਿਤੇ ਬਾਹਰ ਨਹੀਂ ਜਾ ਸਕਦੇ, ਉਹ ਗੁਰਬਾਣੀ ਸਰਵਣ ਕਰਦੇ ਹਨ, ਆਪਣੀ ਆਤਮਾ ਦੀ ਖੁਰਾਕ ਲੈਂਦੇ ਹਨ ਬਾਣੀ ਤੋਂ, ਕੀਰਤਨ ਤੋਂ, ਸਿਮਰਨ ਤੋਂ। ਇਸੇ ਤਰ੍ਹਾਂ ਹੀ ਜਿਹੜੇ ਘਰ ਬੈਠੇ ਹੀ ਪੰਜਾਬ ਦੀ ਨਿਊਜ਼ ਜਾਂ ਦੁਨੀਆ ਦੀ ਨਿਊਜ਼ ਘਰ ਬੈਠੇ ਹੀ ਟੈਲੀਵਿਜ਼ਨ 'ਤੇ ਆਪ ਦੇਖ ਸਕਦੇ ਹੋ। ਬਹੁਤ ਸਾਡੀ ਕਮਿਊਨਿਟੀ ਜੋ ਪਹਿਲਿਆਂ ਵਿੱਚ ਆਏ ਬਜ਼ੁਰਗ ਸਾਡੇ, ਜਿਨ੍ਹਾਂ ਨੂੰ ਇੰਗਲਿਸ਼ ਦੀ ਵੀ ਇੰਨੀ ਮਹਾਰਤ ਨਹੀਂ, ਉਹ ਆਪਣੇ ਹੀ ਟੈਲੀਵਿਜ਼ਨਾਂ 'ਤੇ ਨਿਊਜ਼ ਸਰਵਣ ਕਰਦੇ ਹਨ। ਇਸੇ ਤਰ੍ਹਾਂ ਹੀ NRI ਪ੍ਰੋਗਰਾਮ ਦੇ ਵਿੱਚ ਵੀ ਜੋ ਵੀ ਸਾਡੀ ਕਮਿਊਨਿਟੀ ਨੂੰ ਸਹੂਲਤਾਂ ਚਾਹੀਦੀਆਂ ਹਨ, ਜਾਂ ਉਹਦੇ ਲਈ ਅਸੀਂ ਰੌਲਾ ਪਾਉਂਦੇ ਹਾਂ, ਜਾਂ ਜੋ ਜਾਣਕਾਰੀ ਦਿੰਦੇ ਹਾਂ, ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਪੈਨ ਕਾਰਡ ਬਹੁਤ ਜ਼ਰੂਰੀ ਕਰ ਦਿੱਤਾ, ਸਾਡੇ ਉੱਥੇ NRI ਭੈਣ ਭਰਾਵਾਂ ਦੇ ਸਭ ਦੇ ਅਕਾਊਂਟ ਹਨ, ਉਹਨਾਂ ਅਕਾਊਂਟਾਂ ਬਾਰੇ ਇਹ ਗੱਲ ਤਦ ਹੀ ਆਪ ਤੱਕ ਪਹੁੰਚਾਈ ਜਾ ਸਕਦੀ ਹੈ ਜੇਕਰ ਟੈਲੀਵਿਜ਼ਨ ਚੱਲਦਾ ਰਹੇ, ਅਤੇ ਟੈਲੀਵਿਜ਼ਨ ਚੱਲਣਾ ਉਹ ਤੁਹਾਡੇ ਸਹਿਯੋਗ ਨਾਲ। ਮੈਂ ਇਹ ਬੇਨਤੀ ਕਰਾਂਗਾ, ਇਹਦੇ ਲਈ ਅਚੇਚੇ ਤੌਰ 'ਤੇ ਕੱਲ੍ਹ ਨੂੰ ਪ੍ਰੋਗਰਾਮ ਕੀਤਾ ਜਾਵੇਗਾ, ਜੋ ਨਰੋਲ ਅਪੀਲ ਦਾ ਹੀ ਪ੍ਰੋਗਰਾਮ ਹੋਵੇਗਾ। ਮੈਂ ਪਰ ਫਿਰ ਵੀ ਮੈਂ ਸੰਗਤਾਂ ਨੂੰ, ਇਹ ਦਰਸ਼ਕਾਂ ਨੂੰ ਬੇਨਤੀ ਕਰਦਾ ਹਾਂ ਕਿ ਆਪ ਇਸ ਟੈਲੀਵਿਜ਼ਨ ਦੀ ਮਾਇਕ ਸਹਾਇਤਾ ਜ਼ਰੂਰ ਕਰੋ, ਕਿਉਂਕਿ ਜੇ ਡਾਇਰੈਕਟ ਡੈਬਿਟ 5 ਪਾਉਂਡ ਜਾਂ 10 ਪਾਉਂਡ ਮਹੀਨੇ ਦੇ ਆਪ ਨੇ ਭਰੇ ਹੋਏ ਹੋਣ, ਤਾਂ ਆਪ ਬੇਫਿਕਰ ਹੋ ਕੇ ਇਸ ਟੈਲੀਵਿਜ਼ਨ ਨੂੰ ਚੱਲਦਾ ਦੇਖ ਸਕਦੇ ਹੋ। ਸੋ ਮੈਂ ਇਹ ਬੇਨਤੀ ਕਰਦਾ ਕਿ ਜਿੱਥੇ ਬਹੁਤ ਸਾਰੀਆਂ ਸੰਗਤਾਂ ਜਦੋਂ ਸਾਨੂੰ ਬਾਹਰ ਕਿਤੇ ਮਿਲਦੇ ਹਨ, ਤਾਂ ਇਹ ਬੜੀ ਸ਼ਲਾਘਾ ਕਰਦੇ ਹਨ ਕਿ ਆਪ ਦੇ ਨਾਲ ਜੋ ਸੱਜਣ ਬਹਿ ਕੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੈ, ਬਹੁਤ ਸ਼ਲਾਘਾਯੋਗ ਹੈ। ਪਰ ਮੈਂ ਹੁਣ ਆਪਣੀ ਟੀਮ ਵੱਲੋਂ ਵੀ ਇਹ ਬੇਨਤੀ ਕਰਾਂਗਾ, ਇਹ ਸ਼ਲਾਘਾਯੋਗ ਪ੍ਰੋਗਰਾਮ ਤਾਂ ਹੀ ਸੁਣ ਸਕੋਗੇ ਜੇ ਆਪ ਮਾਇਕ ਤੌਰ 'ਤੇ ਥੋੜ੍ਹੀ ਬਾਲੀ ਟੈਲੀਵਿਜ਼ਨ ਦੀ ਮਦਦ ਕਰੋਗੇ। ਸੋ
आप डायरेक्ट डेबिट 5 पाउंड 10 पाउंड आप टैलीफोन करके अपना एड्रैस लिखा के फार्म भी मंगा सकते हो। जे उस तरह किसी ने लमसम सेवा करनी होवे वो भी आप टैलीफोन दे उत्ते आप ये सेवा कर सकते हो। इस दे नाल ही असी हुण जो NRI प्रोग्राम है मेरे नाल श्रीमान भरत भूषण जी जो कि शहीद ऊधम सिंह वैलफेयर सेंटर सोहो रोड उत्ते हमेशा ही लोगों की सेवा विच तत्पर रहिंदे हन, हमेशा ही जो मेरे नाल होया करदे हन। आपने 2 वीकां तो पिछे सरदार सुरिंदर सिंह जी संधु जो NRI प्रॉपर्टी ਦਾ ਦਫ਼ਤਰ ਚਲਾ ਰਹੇ ਹਨ ਵਲਰਹੰਪਟਨ ਦੇ ਵਿੱਚ, ਉਹ ਇਸੇ ਲਈ ਫਿਰ ਇੰਡੀਆ ਗਏ ਹਨ ਕਿਉਂਕਿ ਜੋ ਪੈਨ ਕਾਰਡ ਦੀ ਗੱਲ ਆ ਰਹੀ ਹੈ ਕਿ ਪੈਨ ਕਾਰਡ ਤੋਂ ਬਗੈਰ ਤਾਂ ਕੋਈ ਵੀ ਅਕਾਊਂਟ ਆਪਰੇਟ ਨਹੀਂ ਹੋਣਾ, ਪਰ ਜਿੱਥੇ 31 ਦਸੰਬਰ ਨੂੰ ਇਹ ਗੱਲ ਆ ਰਹੀ ਹੈ ਕਿ ਆਧਾਰ ਕਾਰਡ ਉੱਥੋਂ ਦੇ ਅਕਾਊਂਟਾਂ ਵਾਲਿਆਂ ਨੇ, ਇਹ ਗੱਲ ਮੈਂ ਫਿਰ ਇੱਕ ਵਾਰੀ ਦਰਸ਼ਕਾਂ ਨੂੰ ਚੰਗੀ ਤਰ੍ਹਾਂ ਦੱਸ ਦਿਆਂ ਕਿ ਜੋ ਆਧਾਰ ਕਾਰਡ ਦੀ ਗੱਲ ਆ ਰਹੀ ਹੈ ਇਹ ਉੱਥੇ ਇੰਡੀਆ ਦੇ ਜਿੰਨੇ ਵੀ ਅਕਾਊਂਟ ਹੋਲਡਰ ਆ ਜੋ ਇੰਡੀਆ ਦੇ ਵਿੱਚ ਸਾਡੇ ਭੈਣ ਭਰਾ ਰਹਿ ਰਹੇ ਹਨ ਉਹਨਾਂ ਦੇ ਜੋ ਅਕਾਊਂਟ ਹੈ ਬੈਂਕਾਂ ਵਿੱਚ ਉਹਨਾਂ ਵਾਸਤੇ ਹੈ ਕਿ ਜੇ ਉਹਨਾਂ ਨੇ ਆਧਾਰ ਕਾਰਡ 31 ਦਸੰਬਰ ਤੱਕ ਨਾ ਦਿੱਤਾ ਤਾਂ ਉਹਨਾਂ ਦੇ ਜਿਹੜੇ ਅਕਾਊਂਟ ਆ ਉਹ ਫਰੀਜ਼ ਹੋ ਜਾਣੇ। ਪਰ ਇਸ ਦੇ ਨਾਲ ਜਿਹੜੇ ਅਸੀਂ ਬਹੁਤ ਸਾਰੇ NRI ਭੈਣ ਭਰਾ ਹਾਂ ਸਾਡੇ ਜਿਹੜੇ ਉੱਥੇ ਦੇ ਅਕਾਊਂਟ ਆ ਉਹ ਇਹ ਸ਼ੋਅ ਕਰਦੇ ਕਿ ਅਸੀਂ ਇੰਡੀਆ ਵਿੱਚ ਰਹਿ ਰਹੇ ਹਾਂ, ਉਹ ਸਾਡੇ ਜਿਹੜੇ ਉੱਥੇ ਦੇ ਰੈਜੀਡੈਂਸ ਅਕਾਊਂਟ ਹੈ ਉਹ ਇਹ ਨਹੀਂ ਸ਼ੋਅ ਕਰਦੇ ਕਿ ਤੁਸੀਂ NRI ਹੋ। ਜਦੋਂ ਬੈਂਕਾਂ ਦੇ ਵਿੱਚ ਸਾਡੇ ਕੋਈ ਭੈਣ ਭਰਾ ਜਾਂਦੇ ਹਨ ਤਾਂ ਬੈਂਕਾਂ ਵਾਲੇ ਆਪਣੇ ਰੂਲ ਦੇ ਮੁਤਾਬਕ, ਕਿਉਂਕਿ ਅਕਾਊਂਟ ਉੱਥੋਂ ਦਾ, ਉਹ ਕਹਿ ਦਿੰਦੇ ਹਨ ਕਿ ਤੁਸੀਂ ਆਧਾਰ ਕਾਰਡ ਲੈ ਕੇ ਆਵੋ। ਅਤੇ ਬਹੁਤ ਸਾਰੇ ਸਾਡੇ ਸੱਜਣ ਆਧਾਰ ਕਾਰਡ ਬਣਾਉਣ ਚਲੇ ਜਾਂਦੇ ਹਨ, ਲੇਕਿਨ ਸਾਨੂੰ ਉੱਥੇ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਅਸੀਂ NRI ਆਧਾਰ ਕਾਰਡ ਨਹੀਂ ਬਣਾ ਸਕਦੇ, ਤੁਸੀਂ ਜੋ ਸਾਡਾ ਅਕਾਊਂਟ ਹੈ ਉਹਨੂੰ NRO ਦੇ ਵਿੱਚ ਤਬਦੀਲ ਕਰ ਦਿਓ। ਸੋ ਇਹ ਸਾਡੇ ਲਈ ਸਭ ਤੋਂ ਸੌਖੀ ਗੱਲ ਹੈ, ਲੇਕਿਨ ਪੈਨ ਕਾਰਡ ਜਿਹੜਾ ਹੈ ਉਹ ਸਾਰਿਆਂ ਵਾਸਤੇ ਚਾਹੀਦਾ, NRO ਅਕਾਊਂਟ ਜੋ ਹੈ ਉਹਦੇ ਵਾਸਤੇ ਵੀ ਚਾਹੀਦਾ ਹੈ। ਸੋ NRO ਅਤੇ NRE ਦੋ ਹੀ ਅਕਾਊਂਟ ਆਪਾਂ ਰੱਖ ਸਕਦੇ ਹਾਂ ਜੋ NRI ਭੈਣ ਭਰਾ ਹਨ। NRE ਅਕਾਊਂਟ ਹੈ ਜਿਸ ਦੇ ਵਿੱਚ ਫੋਰਨ ਕਰੰਸੀ ਹੀ ਜਮ੍ਹਾਂ ਹੋ ਸਕਦੀ ਹੈ, ਬਾਹਰਲੇ ਪੈਸੇ ਹੀ ਜਮ੍ਹਾਂ ਹੋ ਸਕਦੇ ਹਨ, ਭਾਵਾਂ ਕਿ ਉੱਥੇ ਉਹ ਰੁਪਈਆਂ ਦੇ ਵਿੱਚ ਬਦਲੀ ਕਰਕੇ ਕਰ ਦਿੰਦੇ ਹਨ, ਲੇਕਿਨ ਉਹ ਅਕਾਊਂਟ ਦੇ ਪੈਸੇ ਤੁਸੀਂ ਇੱਧਰ ਮੰਗਾਉਣੇ ਹੋਣ ਤਾਂ ਕੋਈ ਪ੍ਰੋਬਲਮ ਵੀ ਨਹੀਂ, ਜਦੋਂ ਮਰਜ਼ੀ ਤੁਸੀਂ ਮੰਗਾ ਸਕਦੇ ਹੋ, ਜਦੋਂ ਜੋ ਮੰਗਾਉਣੇ ਹੋਣ ਜੋ ਉਸ ਦਿਨ ਪਾਉਂਡ ਦਾ ਰੇਟ ਹੋਵੇ ਉਸ ਹਿਸਾਬ ਨਾਲ ਉਹਨਾਂ ਨੇ ਉਹ ਰੁਪਈਆਂ ਨੂੰ ਕਨਵਰਟ ਕਰਕੇ ਤੁਹਾਡੇ ਪਾਉਂਡ ਜਿੱਥੇ ਤੁਸੀਂ ਆਖੋ ਉਹਨਾਂ ਦੇ ਖਾਤੇ ਵਿੱਚ ਪਾ ਦੇਣੇ ਹਨ। ਲੇਕਿਨ ਜਿਹੜਾ NRO ਅਕਾਊਂਟ ਹੈ ਉਹਦੇ ਵਿੱਚ ਤੁਹਾਡਾ ਉੱਥੇ ਜੋ ਠੇਕਾ ਆਉਂਦਾ, ਹਾਲਾ ਆਉਂਦਾ ਜਾਂ ਹੋਰ ਕੋਈ ਤੁਹਾਨੂੰ ਆਮਦਨ ਆਉਂਦੀ ਇੰਡੀਆ ਦੇ ਵਿੱਚ, ਉਹ ਪੈਸੇ NRO ਅਕਾਊਂਟ ਦੇ ਵਿੱਚ ਜਮ੍ਹਾਂ ਹੋ ਸਕਦੇ ਹਨ ਔਰ ਉਹਨਾਂ ਨੂੰ ਵੀ ਤੁਸੀਂ ਇੱਧਰ ਮੰਗਾ ਸਕਦੇ ਹੋ, ਲੇਕਿਨ ਉਹਦਾ ਥੋੜ੍ਹਾ ਜਿਹਾ ਲੰਬਾ ਪ੍ਰੋਸੀਜਰ ਹੈ, ਅਕਾਊਂਟੈਂਟ ਨੂੰ ਤੁਹਾਨੂੰ ਲੈਣਾ ਪਊਗਾ, ਅਕਾਊਂਟੈਂਟ ਕਰਨਾ ਪਊਗਾ, ਉਹਨੂੰ ਦੱਸਣਾ ਪਊਗਾ ਸਾਨੂੰ ਕਿ ਇਹ ਪੈਸੇ ਸਾਡੇ ਕਿੱਥੋਂ ਆਏ, ਕਿਹੜੀ ਆਮਦਨ ਸੀ, ਉਹਦਾ ਜੋ ਇੰਟਰਸਟ ਹੈ ਉਹਦਾ NRO ਅਕਾਊਂਟ ਦਾ ਜੋ ਵਿਆਜ ਆਉਂਦਾ। ਲੋਕਾਂ ਨੂੰ ਇਹ ਵੀ ਬਹੁਤ ਸਾਰੇ ਸੱਜਣਾਂ ਨੂੰ ਭੁਲੇਖਾ ਲੱਗ ਜਾਂਦਾ ਕਿ ਸ਼ਾਇਦ ਸਾਡੇ ਜੋ ਵੀ ਪੈਸੇ ਉੱਥੇ ਜਮ੍ਹਾਂ ਹੋਣੇ ਉਹਦੇ ਕੈਪੀਟਲ ਦੇ ਉੱਤੇ ਟੈਕਸ ਲੱਗ ਜਾਣਾ, ਲੇਕਿਨ ਨਹੀਂ, ਜਿਸ ਤਰ੍ਹਾਂ ਆਰਡਨਰੀ ਅਕਾਊਂਟਾਂ ਦੇ ਉੱਤੇ 10% ਟੈਕਸ ਲੱਗਦਾ ਜਿਹੜੇ ਸਾਡੇ ਉੱਥੋਂ ਦੇ ਰੈਜੀਡੈਂਸ ਅਕਾਊਂਟ ਅੱਗੇ ਖੋਲ੍ਹ ਰੱਖੇ ਹਨ, ਲੇਕਿਨ ਭਾਵਾਂ ਅਸੀਂ ਉਹਦੇ ਨੂੰ ਅਨਟਾਈਟਲ ਨਹੀਂ, ਉਹ ਖੋਲ੍ਹ ਨਹੀਂ ਸਕਦੇ, ਲੇਕਿਨ NRO ਅਕਾਊਂਟ ਦੇ ਉੱਤੇ ਜਿਹੜਾ ਤੁਹਾਨੂੰ ਵਿਆਜ ਆਉਣਾ ਉਹਦੇ ਉੱਤੇ 33% ਟੈਕਸ ਲੱਗਣਾ ਹੈ। NRE ਅਕਾਊਂਟ ਦੇ ਉੱਤੇ ਕੋਈ ਤੁਹਾਡੇ ਉੱਥੇ ਟੈਕਸ ਨਹੀਂ ਲੱਗਦਾ, ਉਹ ਜੇ ਤੁਹਾਨੂੰ ਜ਼ਿਆਦਾ ਪੈਸੇ ਹੈ ਤਾਂ ਉਹ ਇੱਥੇ ਤੁਹਾਡਾ ਆਪਣੀ ਡਿਊਟੀ ਬਣਦੀ ਆ ਟੈਕਸ ਵਾਲਿਆਂ ਨੂੰ ਦੱਸਣ ਦੀ ਵੀ ਕਿੰਨੀ ਤੁਹਾਨੂੰ ਉਹ ਆਮਦਨ ਆਈ ਹੈ। ਸੋ ਭੂਸ਼ਣ ਜੀ, ਤੁਸੀਂ ਇਹ ਜਿਹੜੀਆਂ ਮੈਂ ਗੱਲਾਂ ਕੀਤੀਆਂ, ਸਾਂਝੀਆਂ ਕੀਤੀਆਂ, ਪਹਿਲਾਂ ਤਾਂ ਤੁਸੀਂ ਵੀ, ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਟੈਲੀਵਿਜ਼ਨ ਦਾ ਖਰਚਾ ਬਹੁਤ ਜ਼ਿਆਦਾ, ਤੁਸੀਂ ਵੀ ਆਪਣੇ
ਮਤਲਬ ਜੋ ਵੀ ਦਰਸ਼ਕਾਂ ਨੂੰ ਇਹਦੇ ਬਾਰੇ ਕਹਿਣਾ ਚਾਹੁੰਦਾ, ਕਿਉਂਕਿ ਟੈਲੀਵਿਜ਼ਨ ਜੇ ਥੋੜ੍ਹੇ ਥੋੜ੍ਹੇ ਵੀ ਡਾਇਰੈਕਟ ਡੈਬਿਟ 5 ਪਾਉਂਡ 10 ਪਾਉਂਡ ਮਹੀਨੇ ਦੀ ਹੋਵੇ, ਅਤੇ ਜੇ ਮੇਰਾ ਖਿਆਲ ਇਹਦੇ ਲਈ ਕਾਫੀ ਸੱਜਣ ਹੋ ਜਾਣ ਤਾਂ ਫਿਰ ਦੁਬਾਰਾ ਕਦੀ ਅਪੀਲ ਕਰਨ ਦੀ ਲੋੜ ਨਹੀਂ ਪੈਣੀ। ਸੋ ਤੁਸੀਂ ਇਹਦੇ ਬਾਰੇ ਵੀ 1-2 ਮਿੰਟ ਲਈ ਗੱਲ ਸਾਂਝੀ ਕਰ ਦਿਓ, ਤਾਂ ਉਹ ਤੋਂ ਬਾਅਦ ਪੈਨ ਕਾਰਡ ਬਾਰੇ ਗੱਲ ਦੱਸੋ। ਹਾਂਜੀ, ਤਾਂ ਜਿੱਦਾਂ ਲੱਖਾ ਸਿੰਘ ਹੋਣਾ ਨੇ ਪਹਿਲਾਂ ਅਪੀਲ ਕੀਤੀ ਆ ਸੰਗਤ ਟੀਵੀ ਦੇ ਦਰਸ਼ਕਾਂ ਨੂੰ, ਮਤਲਬ ਅਸੀਂ ਇੰਨੇ ਸਾਲਾਂ ਪ੍ਰੋਗਰਾਮ ਕਰਦੇ ਰਹੇ ਹਾਂ, ਮੇਰੇ ਖਿਆਲ ਹੁਣ ਤੱਕ ਉਹਨਾਂ ਨੂੰ ਕਾਫੀ ਇਹ ਭਰੋਸਾ ਜਿਹਾ ਹੋ ਗਿਆ ਹੋਊਗਾ ਵੀ ਕਾਫੀ ਚੰਗੀਆਂ, ਕਾਫੀ ਨੌਲੇਜ ਮਿਲਦਾ। ਹਾਂਜੀ, ਕਾਫੀ ਜਾਣਕਾਰੀ ਭਾਈਚਾਰੇ ਨੂੰ ਮਿਲਦੀ ਆ। ਸੋ ਇਹਦੇ ਵਿੱਚ ਚੰਗੀ ਗੱਲ ਹੈ ਜੇ ਚੈਨਲ ਅੱਗੇ ਤੋਂ ਵੀ ਚੱਲਦਾ ਰਹੇ। ਉਹਦੇ ਵਾਸਤੇ ਜਿਹੜੇ ਖਰਚੇ ਆ ਉਹ 'ਚ ਸਾਰਿਆਂ ਨੂੰ ਮਤਲਬ ਆਪਣਾ ਬਣਦਾ ਹਿੱਸਾ ਪਾਉਣਾ ਚਾਹੀਦਾ, ਤਾਂ ਕਿ ਆਪਣੇ ਨਵੀਆਂ ਨਵੀਆਂ ਜਿਹੜੀਆਂ ਸੰਗਤ ਦਾ ਹੈ, ਇੱਕ ਸੰਗਤ ਦਾ ਹੈ, ਕਿਸੇ ਇਕੱਲੇ ਦਾ ਨਹੀਂ। ਕਿਉਂਕਿ ਪੁੱਛ ਜੀ, ਮੈਂ ਇਹ ਵੀ ਗੱਲ ਕਹਿੰਦਾ ਹੁੰਦਾ, ਸਿੱਖ ਮੰਗਤਾ ਨਹੀਂ ਬਣਾਇਆ ਰੱਬ ਨੇ, ਹਾਂਜੀ ਬਿਲਕੁਲ, ਲੇਕਿਨ ਆਪਣੇ ਲਈ ਮੰਗਣਾ ਜਿਹੜਾ ਨਾ, ਹਾਂਜੀ, ਉਹ ਬਹੁਤ ਮਾੜੀ ਗੱਲ। ਹਾਂਜੀ, ਆਪਣੇ ਲਈ ਮੰਗਣ, ਲੇਕਿਨ ਇਹ ਸੰਗਤਾਂ ਦੀ ਸਹੂਲਤ ਵਾਸਤੇ ਹੀ ਅਸੀਂ ਸੰਗਤਾਂ ਦੇ ਮੋਹਰੇ ਅਪੀਲ ਕਰਦੇ ਹਾਂ ਕਿ ਇਹਨੂੰ ਚੱਲਦਾ ਰੱਖਣਾ, ਕਿਉਂਕਿ ਇਹ ਸੰਗਤਾਂ ਦਾ, ਟੈਲੀਵਿਜ਼ਨ ਦੀ ਸੰਗਤਾਂ। ਜਿੰਨਾ ਜ਼ਿਆਦਾ ਚੈਨਲ ਚਲਾਉਣਾ ਸੌਖਾ ਹੁੰਦਾ ਫਿਰ ਉਨੀ ਜ਼ਿਆਦਾ ਜਿਹੜੇ ਪ੍ਰੋਗਰਾਮ ਹੁੰਦੇ, ਫਿਰ ਉਹਨਾਂ ਦੀ ਕੁਆਲਿਟੀ ਵੀ ਉਨੀ ਜ਼ਿਆਦਾ ਵਧੀਆ ਹੁੰਦੀ ਆ, ਫਿਰ ਸਟਾਫ ਵੀ ਉਨੀ ਮਿਹਨਤ ਕਰਦਾ ਆ, ਫਿਰ ਵੱਖਰੇ, ਕਿਉਂਕਿ ਮਤਲਬ ਕਈ ਵਾਰੀ ਕੋਈ ਇੱਦਾਂ ਦਾ ਇਸ਼ੂ ਹੁੰਦਾ ਉਹਦੇ ਵਾਸਤੇ ਤੁਹਾਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਆ, ਬਿਲਕੁਲ ਜੀ, ਟੀਮਾਂ ਬਣਾਉਣੀਆਂ ਪੈਂਦੀਆਂ, ਪਰ ਮਤਲਬ ਜੇ ਖਰਚੇ ਨਹੀਂ ਚੱਕ ਹੁੰਦੇ ਫਿਰ ਉਹ ਕਈ ਗੱਲਾਂ, ਹੁਣ ਦੇਖੋ ਕਈ ਕੰਮ ਰਹਿ ਜਾਂਦੇ ਉਹਦੇ ਵਿੱਚ, ਕੈਮਰੇ ਆ, 7 ਸਾਲ ਹੋ ਗਏ ਕੈਮਰੇ ਘਸ ਗਏ ਸਾਰੇ, ਨਵੇਂ ਲੈਣ ਵਾਲੇ ਹੋਏ ਆ, ਬਿਲਕੁਲ, ਹਾਂਜੀ, 24 ਆਵਰ ਚੱਲਦੇ ਆ, ਬਿਲਕੁਲ ਬਿਲਕੁਲ, ਹਾਂਜੀ, 24 ਆਵਰ ਚੱਲਦਾ ਟੈਲੀਵਿਜ਼ਨ, ਹਾਂਜੀ, ਤੇ ਇਹਦੇ ਲਈ ਸੰਗਤਾਂ ਨੂੰ ਜ਼ਰੂਰ ਰਿਕੁਐਸਟ ਹੈ, ਬੇਨਤੀ ਹੈ ਕਿ ਆਪਾਂ ਇਹਨੂੰ, ਸੰਗਤਾਂ ਦਾ ਆਪਣਾ ਹੀ ਫਰਜ਼ ਬਣਦਾ ਕਿ ਆਪਾਂ ਇਹਨੂੰ ਚਲਾਉਂਦੇ ਰੱਖਣਾ। ਹਾਂਜੀ, ਤੇ ਤੁਸੀਂ ਇਹ ਜਿਹੜਾ ਹੁਣ ਪੈਨ ਕਾਰਡ ਦੀ ਗੱਲ ਜਿਸ ਤਰ੍ਹਾਂ ਮੈਂ ਸਾਂਝੀ ਕੀਤੀ ਹੈ ਦਰਸ਼ਕਾਂ ਨਾਲ, ਪੈਨ ਕਾਰਡ ਦੇ ਬਾਰੇ ਬਹੁਤਾ ਤਾਂ ਇੱਕ ਜਿਹੜੀ 31 ਦਸੰਬਰ ਵਾਲੀ ਗੱਲ ਹੈ ਪਹਿਲਾਂ ਉਹ ਕਲੀਅਰ ਕਰ ਦਈਏ ਸਾਰਿਆਂ ਨੂੰ, ਬਹੁਤੇ ਨੂੰ ਇਹੀ ਭੁਲੇਖਾ ਹੈ ਵੀ ਪਤਾ ਨਹੀਂ 31 ਦਸੰਬਰ ਤੋਂ ਬਾਅਦ ਹਾਂ ਮਤਲਬ ਪੈਨ ਕਾਰਡ ਬਣਨੇ ਬੰਦ ਹੋ ਜਾਣੇ, ਬੰਦ ਹੋ ਜਾਣ, ਬਿਲਕੁਲ, ਇਹ ਦੋ ਵੱਖਰੀਆਂ ਵੱਖਰੀਆਂ ਗੱਲਾਂ, ਇੱਕ ਮਸਲਾ ਪੈਨ ਕਾਰਡ ਦਾ ਆ, ਇੱਕ ਦੂਜਾ ਮਸਲਾ ਆਧਾਰ ਕਾਰਡ ਦਾ ਆ। ਉਹ 31 ਦਸੰਬਰ ਵਾਲੀ ਗੱਲ ਆਧਾਰ ਕਾਰਡ ਨਾਲ ਜਾ ਕੇ ਜੁੜਦੀ ਆ, ਪੈਨ ਕਾਰਡ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ, ਬਿਲਕੁਲ, ਪੈਨ ਕਾਰਡ ਤਾਂ ਸਿਰਫ ਆਪਾਂ ਜਿਹੜੇ ਵੀ ਅਕਾਊਂਟ ਹੈਗੇ ਆਪਣੇ ਇੰਡੀਆ ਵਿੱਚ ਉਹ ਅਕਾਊਂਟ ਚੱਲਦੇ ਰੱਖਣ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਪੈਨ ਕਾਰਡ ਬਣਾਉਣਾ ਜ਼ਰੂਰੀ ਆ। ਪੈਨ ਕਾਰਡ ਤੋਂ ਬਿਨਾਂ ਆਪਾਂ ਆਪਣੇ ਅਕਾਊਂਟ 'ਚ ਪੈਸੇ ਜਮ੍ਹਾਂ ਵੀ ਨਹੀਂ ਕਰਾ ਸਕਦੇ, ਨਾ ਆਪਾਂ ਪੈਸੇ ਕਢਾ ਸਕਦੇ ਹਾਂ। ਅੱਛਾ, ਆਧਾਰ ਕਾਰਡ ਦੀ ਲੋੜ ਉਹਨਾਂ ਕੇਸਾਂ ਵਿੱਚ ਆ ਜਿੱਥੇ ਜਿਨ੍ਹਾਂ ਨੇ ਇੰਡੀਆ ਵਾਲੇ ਅਕਾਊਂਟ ਖੁਲਾਏ ਆ, ਉਹਨਾਂ ਦੇ ਕਈ ਤਰ੍ਹਾਂ ਨਾਂ ਆ, ਰੈਜੀਡੈਂਟ ਅਕਾਊਂਟ ਵੀ ਕਹਿੰਦੇ ਉਹਨੂੰ, ਸੇਵਿੰਗ ਅਕਾਊਂਟ ਵੀ ਆ, ਲੋਕਲ ਅਕਾਊਂਟ ਵੀ ਆ, ਡੋਮੈਸਟਿਕ ਅਕਾਊਂਟ ਵੀ ਆ, ਕਈ ਤਰ੍ਹਾਂ ਦੇ ਨਾਂ ਆ, ਪਰ ਉਹ ਅਕਾਊਂਟ ਸਿਰਫ ਉਹਨਾਂ ਦੇ ਵਾਸਤੇ ਸੀ ਜਿਹੜੇ ਇੰਡੀਅਨ ਸਿਟੀਜ਼ਨ ਆ ਔਰ ਇੰਡੀਆ 'ਚ ਹੀ ਮਤਲਬ ਜ਼ਿਆਦਾ ਟਾਈਮ ਰਹਿੰਦੇ ਆ, ਉਹ ਜਿਨ੍ਹਾਂ ਦਾ ਆਧਾਰ ਕਾਰਡ ਬਣ ਸਕਦਾ ਆ। ਬਿਲਕੁਲ, ਆਧਾਰ ਕਾਰਡ ਲਈ ਪਹਿਲੀ ਸ਼ਰਤ ਤਾਂ ਇਹੀ ਆ ਵੀ ਤੁਹਾਨੂੰ ਇੰਡੀਆ 'ਚ ਰਹਿੰਦਿਆਂ ਨੂੰ 182 ਦਿਨ ਹੋ ਗਏ ਹੋਣੇ ਚਾਹੀਦੇ ਆ, ਉਹ ਤੋਂ ਬਾਅਦ ਵਿੱਚ ਤੁਸੀਂ ਆਧਾਰ ਕਾਰਡ ਬਣਾ ਸਕਦੇ ਆ। 31 ਦਸੰਬਰ ਵਾਲੀ ਗੱਲ ਹੁਣ ਮਤਲਬ ਅਜੇ ਤੱਕ ਕੋਈ ਅਪਡੇਟ ਤਾਂ ਨਹੀਂ ਸੁਪਰੀਮ ਕੋਰਟ ਵੱਲੋਂ ਆਈ, ਉਹ ਅਜੇ ਕੇਸ ਚੱਲਦਾ ਹੀ ਆ, ਪਤਾ ਨਹੀਂ ਉਹਨੂੰ 1 ਵੀਕ ਲੱਗੇ 2 ਵੀਕ ਲੱਗਣ, ਪਰ ਅਜੇ ਆਪਾਂ ਨੂੰ ਇਹੀ ਮੰਨ ਕੇ ਚੱਲਣਾ ਚਾਹੀਦਾ ਵੀ 31 ਦਸੰਬਰ ਹੀ ਆ, ਇਕੱਤੀ ਦਸੰਬਰ ਹੀ ਆ, ਉਹ ਤੋਂ ਤੱਕ ਗਵਰਨਮੈਂਟ ਦਾ ਇਹ ਜਿਹੜੀ ਹੈਗੀ ਆ ਗੱਲ ਕਿ 31 ਦਸੰਬਰ ਤੱਕ ਜਿਹੜੇ ਅਕਾਊਂਟ ਆਧਾਰ ਕਾਰਡ ਨਾਲ ਲਿੰਕ ਹੋ ਜੂਗੇ ਉਹ ਚੱਲਦੇ ਰਹੂਗੇ, ਬਾਕੀ ਦੇ ਉਹਨਾਂ ਨੇ ਫਰੀਜ਼ ਕਰ ਦੇਣੇ ਆ। ਬਿਲਕੁਲ, ਫਿਰ ਜਦੋਂ ਫਰੀਜ਼ ਹੋ ਗਏ ਫਿਰ ਬਾਅਦ ਵਿੱਚ ਉਹ ਅਕਾਊਂਟ ਦੁਬਾਰਾ ਓਪਰੇਟ ਕਰਨ ਵਾਸਤੇ ਬੜਾ ਔਖਾ ਹੋਣਾ ਪੈਣਾ, ਅਤੇ ਉਹ ਪਤਾ ਗਵਰਨਮੈਂਟ ਸੁਪਰੀਮ ਕੋਰਟ ਵੱਲ ਨੂੰ ਦੇਖਦੀ ਹੈ ਜਾਂ ਸੁਪਰੀਮ ਕੋਰਟ ਗਵਰਨਮੈਂਟ ਵੱਲ ਨੂੰ ਦੇਖਦੀ ਆ, ਮਤਲਬ ਇਹ ਤਾਂ ਉਹਨਾਂ ਨੂੰ ਪਤਾ ਆਪਸ ਵਿੱਚ ਅਜੇ, ਕਿਉਂਕਿ ਇਸ ਵੀਕ 'ਚ ਆਪਾਂ ਪਿਛਲੀ ਵੀਕ ਦਰਸ਼ਕਾਂ ਨਾਲ ਗੱਲ ਸਾਂਝੀ ਕੀਤੀ ਵੀ ਸ਼ਾਇਦ ਦੱਸਾਂਗੇ, ਲੇਕਿਨ ਸੁਰਿੰਦਰ ਸੋਨਾ ਅੱਜ ਵੀ ਗੱਲ ਹੋਈ, ਅਜੇ ਤੱਕ ਕੋਈ ਵੀ, ਜੋਹਲ ਸਾਹਿਬ ਨਾਲ ਵੀ ਗੱਲ ਹੋਈ, ਕਿਸੇ ਅੱਜ ਤੱਕ ਕੋਈ ਵੀ, ਹਾਂਜੀ, ਜਦੋਂ ਮੈਂ ਉੱਥੋਂ ਆਏ ਹਾਂ ਇੱਧਰ ਨੂੰ, ਹਾਂਜੀ, ਸਟੂਡੀਓ ਤੇ ਆਉਣ ਤੋਂ ਪਹਿਲਾਂ ਵੀ ਸਾਰੀਆਂ ਖਬਰਾਂ ਚੈੱਕ ਕਰਕੇ ਆਏ ਹਾਂ, ਮਤਲਬ ਅਜੇ ਤੱਕ ਕੋਈ ਅਪਡੇਟ ਨਹੀਂ। ਆਪਾਂ ਨੂੰ ਇਹੀ ਮੰਨ ਕੇ ਚੱਲਣਾ ਚਾਹੀਦਾ ਵੀ 31 ਦਸੰਬਰ ਤੱਕ ਤਾਂ ਬਿਨਾਂ ਆਧਾਰ ਕਾਰਡ ਤੋਂ ਵੀ ਆਪਾਂ ਉਹ ਅਕਾਊਂਟ ਜਿਹੜੇ ਆ ਉਹ ਉਹਨਾਂ ਨੂੰ ਸੌਖਾ ਤਰੀਕਾ ਇਹੀ ਆ ਵੀ ਬੰਦ ਕਰਾ ਕੇ ਅਤੇ ਉਹ ਸਾਰੇ ਪੈਸੇ ਆਪਾਂ ਨੂੰ NRO ਦੇ ਵਿੱਚ ਕਰਾਉਣੇ ਚਾਹੀਦੇ ਆ। ਹਾਂਜੀ, ਅਤੇ ਦੂਜੀ ਗੱਲ ਹੈਗੀ ਆ ਜਿਹੜਾ ਉੱਥੇ ਜਾ ਕੇ ਜਿਹੜੇ ਕਈਆਂ ਨੇ ਆਧਾਰ ਕਾਰਡ ਲੋਕਾਂ ਨੇ ਬਣਾ ਲਏ ਆ ਜੀ ਪਹਿਲਾਂ ਹੀ, ਉਹਦੇ ਵਿੱਚ ਇਹ ਹੈ ਉਹ ਕਹਿੰਦੇ ਅਸੀਂ ਬੈਂਕ ਗਏ ਸੀ, ਬੈਂਕ ਵਾਲੇ ਕਹਿੰਦੇ ਪਹਿਲਾਂ ਆਧਾਰ ਕਾਰਡ ਬਣਾ ਕੇ ਲਿਆਓ। ਹਾਂਜੀ, ਜਿਹੜੀ ਹੁਣ
ਪਿੱਛੇ ਹੁਣ 15 ਨਵੰਬਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ, ਸੋਰੀ 15 ਦਸੰਬਰ ਦੀ ਨੋਟੀਫਿਕੇਸ਼ਨ ਜਿਹੜੀ ਆ, ਹਾਂਜੀ ਸੋਰੀ 15 ਨਵੰਬਰ ਵਾਲੀ, 15 ਨਵੰਬਰ ਦੀ ਨੋਟੀਫਿਕੇਸ਼ਨ ਆ ਉਹ ਜਿਹੜੀ ਗਵਰਨਮੈਂਟ ਵੱਲੋਂ ਜਾਰੀ ਹੋਈ ਆ ਵੀ ਜਿਹੜੇ NRI ਆ ਉਹਨਾਂ ਕੋਲੋਂ ਆਧਾਰ ਕਾਰਡ ਨਹੀਂ ਮੰਗਿਆ ਜਾਊਗਾ। ਹਾਂਜੀ, ਉਹ ਉਹਨਾਂ ਨੇ ਕਿਹਾ ਵੀ ਸਾਰੀਆਂ ਜਿਹੜੀਆਂ ਸਟੇਟ ਗਵਰਨਮੈਂਟਸ ਆ, ਸਾਰੇ ਸਰਕਾਰੀ ਮਹਿਕਮੇ ਆ ਜਿੱਥੇ ਸਾਰਿਆਂ ਨੂੰ ਨੋਟੀਫਿਕੇਸ਼ਨ ਇਹਨੂੰ ਧਿਆਨ 'ਚ ਰੱਖਣ ਨੂੰ ਕਿਹਾ ਆ ਵੀ ਜਿਹੜੇ NRI ਆ ਉਹਨਾਂ ਕੋਲੋਂ ਤੁਸੀਂ ਆਧਾਰ ਕਾਰਡ ਦੀ ਜਗ੍ਹਾ ਕੋਈ ਹੋਰ ਆਈਡੈਂਟੀਫਿਕੇਸ਼ਨ ਚੈੱਕ ਕਰ ਸਕਦੇ ਹਾਂ, ID ਚੈੱਕ ਕਰ ਸਕਦੇ ਹਾਂ, ਜਿੱਥੋਂ ਇਹ ਪਤਾ ਲੱਗੇ ਵੀ ਇਹਦਾ ਨਾਂ ਕੀ ਆ ਅਤੇ ਡੇਟ ਆਫ ਬਰਥ ਕੀ ਆ, ਫੋਟੋ ਲੱਗੀ ਆ ਉਹਦੀ ਅਤੇ ਐਡਰੈਸ, ਜਿੱਦਾਂ ਜੇ ਕੋਈ ਬ੍ਰਿਟਿਸ਼ ਪਾਸਪੋਰਟ ਵਾਲੇ ਆ ਉਹਨਾਂ ਦਾ OCI ਕਾਰਡ ਹੋ ਸਕਦਾ ਆ, PIU ਕਾਰਡ ਹੋ ਸਕਦਾ ਹੈ, ਬ੍ਰਿਟਿਸ਼ ਪਾਸਪੋਰਟ ਆ, ਇੰਡੀਅਨ ਪਾਸਪੋਰਟ ਦੇ ਉੱਤੇ ਐਡਰੈਸ ਲਿਖਿਆ ਹੁੰਦਾ ਬਾਹਰਲਾ। ਸੋ ਇੱਦਾਂ ਦੀਆਂ ਚੀਜ਼ਾਂ ਦੇਖ ਸਕਦੇ ਹਾਂ, ਮਤਲਬ ਉਹਨਾਂ ਮਤਲਬ NRI ਦੇ ਕੋਲੋਂ ਇੰਡੀਆ ਦੇ ਵਿੱਚ ਤੁਹਾਡੇ ਕੋਲੋਂ ਕੋਈ ਵੀ ਮਹਿਕਮਾ ਆਧਾਰ ਕਾਰਡ ਨਹੀਂ ਮੰਗ ਸਕਦੇ, ਮੰਗ ਨਹੀਂ, ਤੁਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਅਸੀਂ ਆਧਾਰ ਕਾਰਡ ਦੇ ਹੱਕਦਾਰ ਨਹੀਂ, ਤੁਸੀਂ ਜੇ ਮੰਗ ਕਰਦੇ ਹਾਂ ਤਾਂ ਇਹ ਗਲਤ ਹੈ ਗੱਲ। ਪਰ ਭੂਸ਼ਣ ਜੀ ਗੱਲ ਪਤਾ ਕੀ ਹੁੰਦੀ ਹੈ, ਜਦੋਂ ਹੁਣ ਸਾਡਾ ਬੈਂਕ ਦੇ ਵਿੱਚ ਰੈਜੀਡੈਂਸ ਅਕਾਊਂਟ ਆ, ਤੇ ਭਾਵਾਂ ਬੈਂਕ ਵਾਲਿਆਂ ਨੂੰ ਪਤਾ ਹੀ ਹੁੰਦਾ ਆ ਵੀ ਇਹ ਬੰਦੇ ਬਾਹਰੋਂ ਹੀ ਆਏ ਆ, ਉਹਨਾਂ ਨੂੰ ਇਹ ਤਾਂ ਨਹੀਂ ਵੀ ਨਹੀਂ ਪਤਾ ਲੱਗਦਾ, ਲੇਕਿਨ ਅਕਾਊਂਟ ਇਹ ਸ਼ੋ ਕਰ ਰਿਹਾ ਵੀ ਇਹ ਬੰਦੇ ਇੱਥੇ ਰਹਿ ਰਹੇ ਆ, ਉਹ ਆਧਾਰ ਕਾਰਡ ਮੰਗਦੇ ਸੀ, ਉਹ ਕਹਿੰਦੇ ਆਧਾਰ ਕਾਰਡ ਲਿਆਓ ਜੀ ਤੁਹਾਡਾ ਅਕਾਊਂਟ ਜਿਹੜਾ ਤਾਂ, ਤੇ ਲੋਕਾਂ ਨੂੰ ਉਹਨਾਂ ਨੂੰ ਪਤਾ ਹੁੰਦਿਆਂ ਸੁਣਦਿਆਂ ਵੀ, ਲੋਕਾਂ ਨੂੰ ਵੀ ਪਤਾ ਹੁੰਦਿਆਂ ਸੁਣਦਿਆਂ ਉੱਥੇ ਬਣ ਜਾਂਦਾ, ਬਣਾ ਲਿਆਉਂਦੇ ਆ, ਲੇਕਿਨ ਇਹ ਇੱਕ ਤਾਂ ਪਹਿਲੋਂ ਅਸੀਂ ਗਲਤ ਆ ਉਸ ਅਕਾਊਂਟ ਲਈ, ਬਿਲਕੁਲ, ਦੂਜੀ ਗਲਤੀ ਅਸੀਂ ਆਧਾਰ ਕਾਰਡ ਦੀ ਕਰ ਲਈ, ਇਹ ਪਤਾ ਨਹੀਂ ਫਿਰ ਬਾਅਦ ਦੇ ਵਿੱਚ ਇਹਦਾ ਅਭਿਜਾਨਾ ਸਾਨੂੰ ਕੀ ਦੇਣਾ, ਕਈ ਤਰ੍ਹਾਂ ਦੀਆਂ ਪ੍ਰੋਬਲਮ ਬਾਅਦ ਚ ਹੋ ਸਕਦਾ ਜਿਆਦੀਆਂ ਹੋਣ, ਇਸ ਕਰਕੇ ਅਸੀਂ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਦੇ ਹਾਂ ਵੀ ਆਧਾਰ ਕਾਰਡ ਕੋਈ ਨਾ ਬਣਾਵੇ, ਹਾਂਜੀ ਆਧਾਰ ਕਾਰਡ ਦੀ ਜਗ੍ਹਾ ਜੇ 182 ਦਿਨ ਤੋਂ ਵੱਧ ਰਹਿ ਲਿਆ ਉੱਥੇ, ਹਾਂਜੀ ਤੇ ਫੇਰ ਬਣਾ ਵੀ ਸਕਦਾ, ਹਾਂਜੀ ਫਿਰ, ਪਰ ਫਿਰ ਵੀ ਆਧਾਰ ਕਾਰਡ ਉਹ ਉਹਨਾਂ ਜਿਹੜੀ ਵੈਲਿਡ ਆ ਜਿੰਨਾ ਜੇ ਤੁਸੀਂ ਇੰਡੀਆ ਚ ਰਹੋਗੇ, ਠੀਕ ਆ, ਜਦੋਂ ਬਾਹਰ ਆ ਗਏ ਤੁਸੀਂ NRI ਬਣ ਗਏ, ਹਾਂਜੀ ਹਾਂ, ਆਧਾਰ ਕਾਰਡ ਦੀ ਉਹ ਫੇਰ ਉਹ ਜਿਹੜੀ ਤੁਹਾਡੀ ਇੰਟਾਈਟਲਮੈਂਟ ਹੈ ਖਤਮ ਹੋ ਜਾਂਦੀ ਹੈ, ਹਾਂਜੀ ਹਾਂ, ਤੇ ਇਹ ਪ੍ਰੋਬਲਮ ਪੈਂਦੀ ਹੈ ਇਹਦੇ ਵਿੱਚ, ਹਾਂਜੀ ਆਧਾਰ ਕਾਰਡ ਦਾ ਤਾਂ ਜਿੱਥੇ ਹੈਗਾ ਬਹੁਤ ਸਾਰੇ ਉੱਦਾਂ ਸੱਜਣਾ ਨੇ ਮਤਲਬ ਜਦੋਂ ਜਾਂਦੇ ਉੱਥੇ ਬਣਾ ਲੈਂਦੇ ਆ, ਪਰ ਇਹਦੇ ਲਈ ਅੱਜ ਦੇ ਯੁੱਗ ਵਿੱਚ ਇਕੱਲਾ ਸੰਗਤ TV ਨਹੀਂ, ਬਹੁਤ ਸਾਰੇ ਮਤਲਬ ਪ੍ਰੋਗਰਾਮਾਂ ਦੇ ਵਿੱਚ ਇਹਦੇ ਆਧਾਰ ਕਾਰਡ ਦੇ ਬਾਰੇ ਇੰਡੀਆ ਤੋਂ ਵੀ ਕਈ ਖਬਰਾਂ ਆ ਰਹੀਆਂ ਆਧਾਰ ਕਾਰਡ ਬਾਰੇ ਵੀ ਆਧਾਰ ਕਾਰਡ ਜਿਹੜਾ NRI ਲਈ ਨਹੀਂ ਜ਼ਰੂਰੀ, ਕਿਉਂਕਿ ਤੁਸੀਂ ਆਪਾਂ ਪਿਛਲੀ ਵਾਰ ਵੀ ਦੱਸਿਆ ਸੀ ਜਿਹੜੀ 15 ਨਵੰਬਰ ਨੂੰ ਮਤਲਬ ਚਿੱਠੀ ਆਈ ਆ ਉਹਦੇ 'ਚ ਉਹਨਾਂ ਦੱਸਿਆ ਵੀ ਇਹ ਜਿਹੜੀ ਕੋਈ ਵੀ ID ਆ NRI ਦੀ ID ਉਹ ਲਈ ਜਾ ਸਕਦੀ ਆ, ਉਹ 'ਚ ਮੈਂ ਉਹ ਮੈਂ ਲਿਸਟ ਵੀ ਦੇਖੀ ਆ ਇੱਕ ਵੈਬਸਾਈਟ ਦੇ ਉੱਤੇ ਦਿੱਤੀ ਸੀ, ਹਾਂਜੀ 16 ਤਰ੍ਹਾਂ ਦੀਆਂ ਸਰਵਿਸਿਜ਼ ਆ ਇੰਡੀਆ ਦੇ ਵਿੱਚ ਜਿਹਦੇ ਵਿੱਚ ਉੱਥੇ ਵਾਲੇ ਲੋਕ ਜਿਹੜੇ ਆ ਬਾਹਰਲਿਆਂ ਤੋਂ ਆਧਾਰ ਕਾਰਡ ਮੰਗਦੇ ਆ। ਅੱਛਾ ਜੀ, ਮਤਲਬ ਉਹਨਾਂ 'ਚ 5 ਜਿਹੜੀਆਂ ਆਪਣੇ ਲਈ ਮੇਨ ਹੈਗੀਆਂ ਸਾਰਿਆਂ ਦੇ ਸਾਂਝੀਆਂ ਆ ਉਹ, ਠੀਕ ਹੈ, ਉਹਨਾਂ 'ਚ ਇੱਕ ਤਾਂ ਹੁੰਦਾ ਜੇ ਤੁਸੀਂ ਨਵਾਂ ਬੈਂਕ ਅਕਾਊਂਟ ਖੋਲ੍ਹਣਾ ਆ ਤਾਂ ਆਧਾਰ ਕਾਰਡ ਮੰਗਦੇ ਆ, ਠੀਕ ਹੈ, ਅਤੇ ਦੂਜਾ ਜੇ ਤੁਹਾਡਾ ਆਲਰੇਡੀ ਅਕਾਊਂਟ ਖੁੱਲਿਆ ਹੈ ਅਤੇ ਮਤਲਬ ਉਹਨੂੰ ਜੇ ਤੁਸੀਂ ਚਲਾਉਣਾ ਆ, ਪੈਸੇ ਜਮ੍ਹਾਂ ਕਰਾਉਣੇ ਕਢਾਉਣੇ ਆ, ਹਾਂਜੀ, ਫਿਰ ਉਹਦੇ ਵਾਸਤੇ ਆਧਾਰ ਕਾਰਡ ਮੰਗਦੇ ਆ। ਤੀਜਾ ਜੇ ਜ਼ਮੀਨਾਂ ਦੀਆਂ ਰਜਿਸਟਰੀਆਂ ਹੋਣੀਆਂ ਆ, ਹਾਂਜੀ, ਉਹਦੇ ਵਾਸਤੇ ਆ, ਅਤੇ ਚੌਥਾ ਜੇ ਤੁਸੀਂ ਟੈਲੀਫੋਨ ਲੈਣਾ ਹੋਵੇ ਸਿਮ ਕਾਰਡ ਦੇ ਵਾਸਤੇ ਆਧਾਰ ਕਾਰਡ ਮੰਗਦੇ ਆ, ਅਤੇ ਇੱਕ ਹੈ ਜੇ ਤੁਸੀਂ ਗੈਸ ਦਾ, ਹਾਂਜੀ, ਗੈਸ ਸਿਲੰਡਰ ਲੈਣਾ ਹੋਵੇ, ਹਾਂਜੀ, ਪਰ ਇਹਨਾਂ ਸਾਰਿਆਂ ਦੇ ਵਾਸਤੇ ਜਿੱਥੇ ਵੀ ਕਿਤੇ ਤੁਹਾਡੇ ਕੋਲ ਆਧਾਰ ਕਾਰਡ ਮੰਗਦੇ ਆ ਤੁਸੀਂ ਉਹਨਾਂ ਨੂੰ ਇਹ ਕਹਿ ਸਕਦੇ ਹੋ ਵੀ ਅਸੀਂ NRI ਹਾਂ, ਮਤਲਬ ਸਾਨੂੰ ਅਸੀਂ ਆਧਾਰ ਕਾਰਡ ਦੇ ਹੱਕਦਾਰ ਨਹੀਂ, ਉੱਥੇ ਤੁਸੀਂ ਕੋਈ ਹੋਰ ID ਸ਼ੋ ਕਰਕੇ ਅਤੇ ਉੱਥੇ ਤੁਸੀਂ ਆਪਣੇ ਕੰਮ ਕਰਾ ਸਕਦੇ ਹਾਂ, ਇਹ ਧਿਆਨ 'ਚ ਰੱਖਣ ਵਾਲੀ ਗੱਲ ਆ। ਬਿਲਕੁਲ ਜੀ, ਹਾਂਜੀ, ਬਾਕੀ ਪੈਨ ਕਾਰਡ ਜਿਹੜਾ ਤੁਸੀਂ ਕਿੰਨੇ ਕੁ ਮਤਲਬ ਤੁਹਾਡੇ ਕੋਲ ਤਾਂ ਬਹੁਤ ਹੁਣ ਜ਼ਿਆਦਾ ਅਪੁਆਇੰਟਮੈਂਟਾਂ ਆ ਗਈਆਂ ਸਾਡੇ ਅੱਜ ਦੀ ਜਿਹੜੀ ਲੇਟੈਸਟ ਸੀਗੀ ਉਹ 23 ਜਨਵਰੀ ਤੱਕ ਮਤਲਬ ਅਸੀਂ ਫੁੱਲੀ ਬੁੱਕਡ ਹਾਂ, ਸਾਡੇ ਕੋਲ 1 ਵੀ ਅਪੁਆਇੰਟਮੈਂਟ ਹੈ ਨਹੀਂ, ਕਈ ਲੋਕੀ ਫਿਰ ਆਉਂਦੇ ਬਣੇ ਸਿਫਾਰਸ਼ਾਂ ਅਤੇ ਜਿਹੜੀਆਂ ਹੁਣ ਪੁੱਛਣ ਜੀ ਜਿਹੜੇ ਬਾਹਰੋਂ ਦੂਰੋਂ ਲੋਕ ਰਹਿ ਰਹੇ ਆ ਕਈ ਵਾਰ ਟੈਲੀਫੋਨ ਕਰਦੇ, ਉੱਦਾਂ ਤਾਂ ਬਹੁਤ ਸਾਰੇ ਸੱਜਣ ਇਹ ਸੇਵਾ 'ਤੇ ਲੱਗੇ ਹੋਏ ਆ, ਉੱਧਰ ਲੰਡਨ ਵੱਲ ਵੀ ਹੁਣ ਕਈ ਹੈਗੇ ਆ ਜਿਹੜੇ ਮਤਲਬ ਇੰਡੀਅਨ ਵਰਕ ਐਸੋਸੀਏਸ਼ਨ ਦੇ ਉੱਥੇ ਵੀ ਦਫ਼ਤਰ 'ਚ ਕੰਮ ਹੁੰਦਾ, ਉੱਥੇ ਵੀ ਕਰਦੇ ਆ, ਪਰ ਫਿਰ ਤੁਸੀਂ ਜਿਹੜੇ ਬਾਈ ਪੋਸਟ ਆਉਂਦੇ ਆ ਉਹਨਾਂ ਦਾ ਕਿਸ ਵੇਲੇ ਕਰਦੇ ਆ ਜੀ? ਉਹ ਫਿਰ ਅਸੀਂ ਜਾਂ ਤਾਂ ਫਿਰ ਬਾਈ ਪੋਸਟ ਆਉਂਦੇ ਆ ਤੁਹਾਡੇ ਕੋਲ, ਬਾਈ ਪੋਸਟ ਤੁਸੀਂ ਕੀ ਮੰਗਾਉਂਦੇ ਆ? ਬਾਈ ਪੋਸਟ ਵਿੱਚ ਅਸੀਂ ਉਹਨਾਂ ਨੂੰ ਇੱਕ ਵਾਰ ਦੱਸ ਹੀ ਦਿਓ ਜੇ ਕਿਸੇ ਦੇ ਭੇਜਣਾ ਹੋਵੇ ਜੀ, ਜੇ ਕਿਸੇ ਨੇ ਬਾਈ ਪੋਸਟ ਨੂੰ ਭੇਜਣਾ ਹੋਵੇ ਤਾਂ ਅਸੀਂ ਇੱਕ ਤਾਂ ਰਿਕੁਐਸਟ ਕਰਦੇ ਹਾਂ ਵੀ ਸਾਡੇ ਸਾਨੂੰ ਵੀ ਦਫ਼ਤਰ ਚਲਾਉਣ ਦੇ ਥੋੜ੍ਹੇ ਜਿਹੇ ਖਰਚੇ
ਕਵਰ ਕਰਨੇ ਪੈਂਦੇ ਆ। ਸੋ ਅਸੀਂ ਇੱਕ ਪੈਨ ਕਾਰਡ ਦੀ 15 ਪਾਉਣ ਦੀ ਰਿਕੁਐਸਟ ਕਰਦੇ ਹਾਂ ਸਾਰਿਆਂ ਨੂੰ। ਠੀਕ ਹੈ, ਉਹ ਸਾਡੇ ਆਫਿਸ ਨੂੰ ਡੋਨੇਸ਼ਨ ਆ ਤਾਂ ਕਿ ਸਾਡਾ ਦਫ਼ਤਰ ਚੱਲਦਾ ਰਹੇ ਜੀ। ਚੱਲਣ ਦਾ ਇਹ ਹੈ ਵੀ ਅਗਲੇ ਸਾਲ ਨੂੰ, ਹੁਣ ਸਾਡੇ ਦਫ਼ਤਰ ਨੂੰ ਲੱਖਾਂ ਦੇ 40 ਸਾਲ ਹੋ ਜਾਣੇ ਆ ਜੀ। ਠੀਕ ਹੈ, ਚੱਲਦਿਆਂ ਨੂੰ ਠੀਕ ਹੈ ਤੇ ਆਪਣੇ ਖਰਚੇ ਜੇ 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 ਚੱਲਦੇ ਆ ਚਲਾ ਲਓ, ਮਤਲਬ ਨਹੀਂ ਤਾਂ ਕੋਈ ਹੋਰ ਪ੍ਰਬੰਧ ਕਰ ਲਓ। ਉਹ ਹੁਣ ਜੇ ਜੇ ਸ਼ਹੀਦ ਊਧਮ ਸਿੰਘ ਦੇ ਨਾਂ ਤੇ ਐਡੇ ਵੱਡੇ ਇਨਸਾਨ ਦੇ ਨਾਂ ਤੇ ਇਸ ਗੱਲੋਂ ਨੀ ਬੰਦ ਹੋ ਸਕਦਾ ਵੀ ਪੈਸੇ ਇੰਨੇ। ਹਾਂਜੀ, ਨਹੀਂ ਲੋਕੀ ਇਹਦੇ ਤੋਂ ਨੀ ਪਿੱਛੇ ਹਟਦੇ, ਲੋਕੀ ਦਿੰਦੇ ਵੀ ਆ। ਸੋ ਇਸ ਕਰਕੇ ਦਫ਼ਤਰ ਦੇ ਖਰਚੇ ਲਈ ਰਿਕੁਐਸਟ ਕਰਦੇ ਆ ਵੀ ਜੇ ਇੱਕ ਫਾਰਮ ਹੈ ਤਾਂ 15 ਪਾਉਂਡ ਦਾ ਪੋਸਟਲ ਆਰਡਰ, ਠੀਕ ਹੈ, ਉਹ ਭੇਜ ਦੇਣ ਦਫ਼ਤਰ ਨਾਂ ਤੇ ਬਣਾ ਕੇ, ਤੇ ਨਾਲ ਉਹ ਜੇ ਇੱਕ ਪੇਪਰ ਦੇ ਉੱਤੇ ਜਿਹਦਾ ਫਾਰਮ ਭਰਨਾ ਆ ਜੀ ਉਹਦਾ ਨਾਂ ਲਿਖ ਕੇ ਤੇ ਘਰ ਦਾ ਐਡਰੈਸ, ਇੱਕ ਈਮੇਲ ਐਡਰੈਸ ਤੇ ਟੈਲੀਫੋਨ ਨੰਬਰ ਲਿਖ ਕੇ ਸਾਨੂੰ ਪੋਸਟ ਕਰ ਦੇਣ। ਜਦੋਂ ਮਿਲ ਜਾਂਦੇ ਫਿਰ ਅਸੀਂ ਉਹਨਾਂ ਨੂੰ ਵਾਪਸ ਫੋਨ ਕਰਕੇ ਤੇ ਫਿਰ ਅਸੀਂ ਟਾਈਮ ਅਰੇਂਜ ਕਰ ਲੈਂਦੇ ਕਦੋਂ। ਪਰ ਉਹਨਾਂ ਦੀ ਜਿਹੜੀ ਉਹ 1,020 ਰੁਪਈਏ ਫੀਸ ਆ ਉਹ ਕਿੱਦਾਂ ਪੇ ਹੁੰਦੀ ਜੀ? ਉਹ ਫਿਰ ਅਸੀਂ ਜਦੋਂ ਅਸੀਂ ਫੋਰਮ ਭਰਨਾ ਹੁੰਦਾ ਫਿਰ ਅਸੀਂ ਉਹਨਾਂ ਨੂੰ ਟੈਲੀਫੋਨ ਕਰ ਲੈਂਦੇ ਹਾਂ, ਉਹਨਾਂ ਦੇ ਕਾਰਡ ਦਾ ਨੰਬਰ ਲੈ ਲੈਂਦੇ ਹਾਂ, ਉਹਨਾਂ ਦੇ ਕਾਰਡ ਦਾ ਨੰਬਰ ਲੈ ਕੇ ਤੇ ਉਹ ਫਿਰ ਫੋਰਮ ਭਰ ਕੇ, ਠੀਕ ਹੈ, ਤੇ ਜੇ ਤਾਂ ਈਮੇਲ ਦੀ ਫੈਸਿਲਿਟੀ ਹੈਗੀ ਉਹਨਾਂ ਕੋਲ ਅਸੀਂ ਈਮੇਲ ਕਰ ਦਿੰਦੇ ਹਾਂ ਤੇ ਜੇ ਉਹ ਕਹਿੰਦੇ ਸਰ ਪੋਸਟ ਕਰ ਦਿਓ ਅਸੀਂ ਪ੍ਰਿੰਟ ਕਰਕੇ ਪੋਸਟ ਕਰ ਦਿੰਦੇ ਹਾਂ। ਕਾਲ ਲੈ ਲਈਏ ਜੀ। ਹੈਲੋ ਹੈਲੋ, ਵਾਹਿ ਖਾਲਸਾ ਵਾਹਿ ਜੀ ਫਤਿਹ। ਪਹਿਲੀ ਗੱਲ ਤਾਂ ਇਹੀ ਸੀ ਵੀ ਕਿਉਂਕਿ ਜੇ ਤੁਸੀਂ NRI ਆ ਤੇ ਤੁਸੀਂ ਆਧਾਰ ਕਾਰਡ ਬਣਾਉਣ ਦੀ ਨਾ ਲੋੜ ਆ ਤੁਹਾਨੂੰ, ਨਾ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਬਣਾ ਹੀ ਸਕਦੇ ਆ। ਉਹ 'ਚ ਜਿਹੜਾ ਨਵੇਂ ਜਿਹੜੇ ਆਧਾਰ ਕਾਰਡ ਵਾਲੇ ਫਾਰਮ ਆਏ ਆ ਜਿਹੜੇ ਤੁਸੀਂ ਉੱਥੇ ਭਰ ਕੇ ਸਾਈਨ ਕਰਕੇ ਆਉਂਦੇ ਆ ਆਧਾਰ ਕਾਰਡ ਵਾਸਤੇ, ਉਹ ਡੈਕਲਰੇਸ਼ਨ ਦੀ ਪਹਿਲੀ ਲਾਈਨ ਹੀ ਇਹ ਆ ਕਿ ਤੁਹਾਨੂੰ ਇੰਡੀਆ 'ਚ ਰਹਿੰਦੇ ਨੂੰ 182 ਦਿਨ ਹੋ ਗਏ ਆ। 182 ਦਿਨ ਮਤਲਬ ਪੂਰੇ 6 ਮਹੀਨੇ ਹੋ ਗਏ ਆ। ਪਹਿਲਾਂ ਉੱਥੇ 182 ਦਿਨ ਰਹਿ ਗਏ ਤੇ ਫਿਰ ਬਾਅਦ ਵਿੱਚ ਆਧਾਰ ਕਾਰਡ ਬਣਾਉਣਾ ਹੁੰਦਾ, ਤੁਸੀਂ ਪਹਿਲਾਂ ਨਹੀਂ ਬਣਾ ਸਕਦੇ। ਆਧਾਰ ਕਾਰਡ ਦੇ ਕਾਨੂੰਨ ਦੇ ਹਿਸਾਬ ਨਾਲ ਤੁਸੀਂ ਉਹਦੇ ਹੱਕਦਾਰ ਹੈ ਨਹੀਂ। ਓਕੇ ਜੀ, ਠੀਕ ਹੈ, ਓਕੇ ਜੀ। ਦੇਖੋ ਭੂਸ਼ਣ ਜੀ, ਇਹ ਵੀ ਗੱਲ ਹੈਗੀ ਆ, ਜਦੋਂ ਆਧਾਰ ਕਾਰਡ ਉੱਥੇ ਗਿਆ ਤੇ ਜਦੋਂ ਬਣਾ ਦਿੰਦੇ ਲੋਕ ਸਾਡਿਆਂ ਨੇ ਜ਼ਿਆਦਾ ਦਿਨ ਰਹਿਣਾ ਨਹੀਂ ਹੁੰਦਾ, ਉੱਥੋਂ ਆਉਣਾ ਹੁੰਦਾ, ਉਹ ਕਹਿੰਦੇ ਜੀ ਤੁਹਾਡੇ ਪੈਸੇ ਹੀ ਤਦ ਨਿਕਲਣੇ ਆ, ਲੋਕ ਫਸੇ ਦੌਰ ਦਾ ਜਾ ਕੇ ਬਣਾ ਲਿਆਉਂਦੇ ਆ। ਲੇਕਿਨ ਇਹ ਗੱਲ ਬੀਬੀ ਜੀ ਦਾ ਜਿਹੜਾ ਸਵਾਲ ਸੀ ਉਹ ਬਹੁਤ ਵਧੀਆ ਸਵਾਲ, ਵੀ ਜੇ ਹੁਣ ਬਣਾ ਲਿਆ ਤੇ ਉਹਨੂੰ ਠੀਕ ਆ ਵੀ ਬੰਦਾ ਇਹੀ ਕਹਿ ਸਕਦਾ ਵੀ ਮੈਂ ਭੁਲੇਖੇ ਨਾ ਮੇਰੇ ਤੋਂ ਬਣਾ ਦਿਆ ਉਦੋਂ ਕਹਿੰਦੇ ਸੀ ਤੇ ਮੈਂ ਇਹਨੂੰ ਯੂਜ਼ ਨਹੀਂ ਕਰਨਾ, ਕਿਉਂਕਿ ਗਾਂਹ ਵਾਸਤੇ ਜੇ ਤਾਂ ਹੁਣ ਬੰਦਾ ਇੱਥੋਂ ਜਾਂਦਾ ਜਾ ਕੇ ਆਧਾਰ ਕਾਰਡ ਜਾ ਕੇ ਯੂਜ਼ ਕਰੇ ਤੇ ਫੇਰ ਤੋ ਮਤਲਬ ਗਲਤ ਹੀ ਆ ਨਾ। ਇੱਕ ਕਾਲ ਲੈ ਲਈਏ। ਹੈਲੋ ਹੈਲੋ ਹੈਲੋ, ਹਾਂਜੀ ਵਾਹਿ ਖਾਲਸਾ ਵਾਹਿ ਜੀ ਫਤਿਹ। ਹਾਂਜੀ, ਕੌਣ ਬੋਲਦੇ ਜੀ? ਮੈਂ ਸਰਾਜਿੰਦਰ ਸਿੰਘ ਬੋਲ ਰਿਹਾ ਜੀ। ਹਾਂਜੀ ਸਰਾਜਿੰਦਰ ਸਿੰਘ ਜੀ, ਕੀ ਕਹਿਣਾ ਚਾਹੁੰਦੇ ਜੀ? ਮੈਂ ਕਿ ਮੈਂ ਹੈ ਨਾ ਤੇ ਜਿਹੜਾ ਹੈਗਾ ਆਪਣਾ ਕਾਰਡ ਇਸ ਵਾਰ ਅਪਲਾਈ ਕੀਤਾ ਸੀ ਆਨਲਾਈਨ, ਪੈਨ ਕਾਰਡ। ਹਾਂਜੀ ਹਾਂਜੀ, ਉਹ ਮੈਂ ਅਪਲਾਈ ਕੀਤਾ ਸਰ, ਪ੍ਰੋਬਲਮ ਇਹ ਹੋਈ ਆ ਕਿ ਹੈ ਨਾ ਮੈਂ ਹੋਲੀਡੇ ਗਿਆ ਸੀ, ਉਹ ਕਾਰਡ ਇੱਥੇ ਪਾ ਗਿਆ ਵੀ ਤੇਰਾ ਪੈਨ ਕਾਰਡ ਕਲੈਕਟ ਕਰ ਲਈ ਪੋਸਟ ਆਫਿਸ ਦੇ ਵਿੱਚੋਂ। ਹਾਂਜੀ ਹਾਂਜੀ, ਤੇ ਜਦੋਂ ਫਿਰ ਮੈਂ ਉਹਨਾਂ ਨੂੰ ਮੁੜ ਕੇ ਉੱਥੇ ਗਿਆ ਪੋਸਟ ਆਫਿਸ, ਉਹ ਕਹਿੰਦੇ ਵੀ ਹੈ ਬੰਗਾਰੀ, ਤੇ ਅਸੀਂ ਇਨਕੁਆਇਰੀ ਕੀਤੀ ਸਾਰੀ, ਸਾਨੂੰ ਮਿਲਿਆ ਨੀ, ਤੇ ਅਸੀਂ ਉਹਨਾਂ ਨੂੰ ਈਮੇਲ ਕੀਤਾ ਵੀ ਤੁਹਾਡਾ ਪੈਨ ਕਾਰਡ ਸਾਨੂੰ ਮਿਲਿਆ ਨੀਗਾ। ਹਾਂਜੀ, ਤੇ ਉਹ ਮੈਂ ਉਹਦੇ ਬਾਰੇ ਪੁੱਛਣਾ ਸਰ, ਮੈਂ ਕਿੱਦਾਂ ਮੁੜ ਕੇ ਕੀ ਕਰਾਂ, ਰਿਪਲਾਈ ਮੁੜ ਕੇ ਐਪਲੀਕੇਸ਼ਨ ਦੇਵਾਂ ਜਾਂ ਕੀ ਕਰਾਂ ਮੁੜ ਕੇ? ਹਾਂਜੀ, ਤੁਸੀਂ ਨਾ ਇਹਦੇ ਵੈਬਸਾਈਟ 'ਤੇ ਜਾ ਕੇ ਨਾ ਔਨਲਾਈਨ ਫੋਰਮ ਭਰਨਾ ਹੁੰਦਾ, ਜਿਹੜੀ ਵੈਬਸਾਈਟ 'ਤੇ ਪੈਨ ਕਾਰਡ ਦੀ ਐਪਲੀਕੇਸ਼ਨ ਕਰਦੇ ਆ ਨਵੀਂ ਪਹਿਲੀ ਵਾਰੀ। ਹਾਂਜੀ ਪਰ ਮੈਂ ਆਲਰੇਡੀ ਅਪਲਾਈ ਕਰ ਚੁੱਕਾ, ਮੈਂ ਆਲਰੇਡੀ ਫੀ ਕਰ ਚੁੱਕਾ, ਮੈਂ ਉਹ ਵੇਟਿੰਗ ਫੋਰ ਇਟ ਫੋਰ ਪੈਨ ਕਾਰਡ, ਬਿਕੋਜ਼ ਪੈਨ ਕਾਰਡ ਇੱਥੇ ਆਇਆ ਸਾ ਦਿੱਲ ਤੇ ਪੋਸਟ ਆਫਿਸ। ਬਿਲਕੁਲ, ਮੈਂ ਤੁਹਾਨੂੰ ਇਹੀ ਗੱਲ ਇਹੀ ਦੱਸਣ ਲੱਗਾ ਜੀ।
ਜਿਹੜੀ ਵੈਬਸਾਈਟ 'ਤੇ ਜਾ ਕੇ ਤੁਸੀਂ ਪਹਿਲੀ ਵਾਰੀ ਨਵੇਂ ਪੈਨ ਕਾਰਡ ਦੀ ਐਪਲੀਕੇਸ਼ਨ ਭਰਦੇ ਆ ਨਾ, ਉਹਦੇ ਉੱਤੇ ਹੀ ਜਦੋਂ ਸਟਾਰਟ ਕਰਨਾ ਆ ਅਤੇ ਉਹ ਤਿੰਨ ਲਿੰਕ ਹੁੰਦੇ ਆ, ਇੱਕ ਤਾਂ ਹੈਗਾ ਜੇ ਇੰਡੀਅਨ ਪਾਸਪੋਰਟ ਵਾਲੇ ਆ, ਅਤੇ ਦੂਜੇ ਹੈਗੇ ਬ੍ਰਿਟਿਸ਼ ਫੋਰਨ ਪਾਸਪੋਰਟ ਵਾਲੇ, ਅਤੇ ਤੀਜਾ ਹੈਗਾ ਜੇ ਤੁਸੀਂ ਪੈਨ ਕਾਰਡ ਦੁਬਾਰਾ ਮੰਗਵਾਉਣਾ ਆ, ਅੱਛਾ ਜੀ, ਉਹ ਰਿਪਲੇਸਮੈਂਟ ਵਾਲਾ ਆ, ਹਾਂਜੀ, ਅਤੇ ਉਹ ਲਿੰਕ 'ਤੇ ਕਲਿੱਕ ਕਰਕੇ ਨਾ ਤਾਂ ਫਿਰ ਤੁਸੀਂ ਬਾਕੀ ਦਾ ਉਹ ਸਿੰਗਲ ਪੇਜ ਵਾਲੇ ਫੋਰਮ ਆ ਬੜੀ ਬੇਸਿਕ ਜੀ, ਉਹ 'ਚ ਡੀਟੇਲ ਆ ਤੁਹਾਡਾ ਨਾਂ, ਐਡਰੈਸ, ਡੇਟ ਆਫ ਬਰਥ ਪੁੱਛਦੇ ਆ, ਅਤੇ ਉਹ ਜਿਹੜਾ ਪੈਨ ਕਾਰਡ ਤੁਹਾਡਾ ਬਣ ਕੇ ਆਇਆ ਸੀਗਾ ਵਾਪਸ ਚਲੇ ਗਿਆ, ਉਹਦਾ ਨੰਬਰ ਤੁਸੀਂ ਉਹਦੇ 'ਚ ਭਰਨਾ ਹੁੰਦਾ ਆ। ਪੈਨ ਕਾਰਡ ਤਾਂ ਮੈਨੂੰ ਮਿਲ ਜਾਏਗਾ ਪਰ ਮੈਨੂੰ ਉਹਦੀਆਂ ਸਾਰੀਆਂ ਡੀਟੇਲਸ ਮਿਲੀਆਂ, ਉਹ ਮੇਰੇ ਕੋਲ ਸਾਰਾ ਕੁਝ ਹੈਗਾ। ਤੁਸੀਂ ਨਾ ਤੁਸੀਂ ਈਮੇਲ ਚੈੱਕ ਕਰਿਓ, ਜਦੋਂ ਲਾਸਟ ਵਿੱਚ ਇੱਕ ਈਮੇਲ ਆਉਂਦੀ ਆ ਜਦੋਂ ਤੁਹਾਨੂੰ ਪੈਨ ਕਾਰਡ ਡਿਸਪੈਚ ਕਰਦੇ ਆ, ਉਹਦੇ ਵਿੱਚ ਪੈਨ ਕਾਰਡ ਦਾ ਨੰਬਰ ਵੀ ਲਿਖਿਆ ਹੁੰਦਾ ਆ। ਥੈਂਕ ਯੂ ਵੈਰੀ ਮੱਚ ਸਰ। ਉਹ ਜੇ ਤੁਸੀਂ ਫੋਰਮ ਭਰ ਕੇ ਅਤੇ ਉਹ ਤੁਸੀਂ ਪੋਸਟ ਕਰ ਦੇਣਾ, ਉਹੀ ਸੇਮ ਹੀ ਫੀਸ ਲੱਗਣੀ ਆ 12 ਪਾਉਂਡ ਵਾਲੀ ਜਿਹੜੀ ਪਹਿਲਾਂ ਪੇ ਕੀਤੀ ਸੀ। ਹਾਂਜੀ, ਮੈਨੂੰ ਜ਼ਿਆਦਾ 39 ਪਾਉਂਡ ਲੱਗੇ ਸੀ। ਨਹੀਂ, 39 ਵਾਲੀ ਨਾ, ਮਤਲਬ ਫਿਰ ਤੁਸੀਂ ਇੱਥੇ ਇੰਟਰਨੈਟ 'ਤੇ ਪ੍ਰਾਈਵੇਟ ਵੈਬਸਾਈਟਾਂ ਬਹੁਤ ਆ, ਤੁਹਾਨੂੰ ਉਹਨਾਂ 'ਤੇ ਇੰਨੇ ਪੈਸੇ ਖਰਚਣ ਦੀ ਲੋੜ ਨਹੀਂ ਹੈ। ਜਿਹੜੀ ਸਰਕਾਰੀ ਵੈਬਸਾਈਟ ਇੱਕੋ ਹੀ ਹੈਗੀ, ਇਨਕਮ ਟੈਕਸ ਇੰਡੀਆ .gov.in, ਉੱਥੇ ਆ ਕੇ ਫਾਰਮ ਭਰੋ, ਤੁਹਾਡੀ 12 ਪਾਉਂਡ ਫੀਸ ਲੱਗਣੀ ਆ। ਓਕੇ, ਥੈਂਕ ਯੂ। ਤਾਂ ਜੇ ਤੁਹਾਡੇ ਇੱਥੇ ਆਫਿਸ 'ਚ ਆਏ ਤੁਸੀਂ ਉਹ ਕਰ ਲਉਂਗੇ? ਹਾਂਜੀ, ਅਸੀਂ ਕਰ ਦੇਵਾਂਗੇ। ਤੁਸੀਂ ਹਾਂਜੀ ਆਫਿਸ ਦਾ ਟੈਲੀਫੋਨ ਨੰਬਰ ਨੋਟ ਕਰ ਲਓ, ਫੋਨ ਕਰਕੇ ਹੈਗਾ ਜੀ। ਹਾਂਜੀ, ਹਾਂਜੀ, ਅਸੀਂ ਕਰ ਦੇਵਾਂਗੇ ਜੀ, ਅਸੀਂ ਕਰ ਅਪਾਇੰਟਮੈਂਟ ਬਣਾਉਣੀ ਪੈਗੀ। ਹਾਂਜੀ ਹਾਂਜੀ, ਅਪਾਇੰਟਮੈਂਟ ਬਣਾ ਲਈ ਜੀ। ਓਕੇ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਅੱਛਾ, ਜੇ ਇਹ ਉੱਦਾਂ ਤੇ ਵੈਸੇ ਪੈਨ ਕਾਰਡ ਦਾ ਈਮੇਲ ਤੇ ਨੰਬਰ ਆ ਜਾਂਦਾ? ਹਾਂਜੀ ਹਾਂਜੀ, ਚਾਹੀਦਾ ਤਾਂ ਨੰਬਰ ਹੀ ਆ। ਹਾਂਜੀ ਬਿਲਕੁਲ, ਨੰਬਰ ਚਾਹੀਦਾ। ਅਤੇ ਵੈਸੇ ਇਹ ਚੰਗੀ ਗੱਲ ਹੈ, ਉਹਦਾ ਪੈਨ ਕਾਰਡ ਵੀ ਤੁਹਾਡੇ ਕੋਲ ਓਰਿਜਿਨਲ ਵੀ ਹੋਵੇ। ਉੱਦਾਂ ਤਾਂ ਉਹ ਪੈਨ ਜਿਹੜਾ ਤੁਹਾਡਾ ਨੰਬਰ ਆ ਬੈਂਕਾਂ ਦੇ ਵਿੱਚ, ਤਾਂ ਨੰਬਰ ਨਾਲ ਹੀ ਸਰ ਜਾਂਦਾ, ਕੰਮ ਚੱਲ ਜਾਂਦਾ। ਹਾਂਜੀ 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 ਹਾਂਜੀ। ਲੇਕਿਨ ਜੇ ਤੁਸੀਂ ਕੋਈ ਨਵਾਂ ਅਕਾਊਂਟ ਖੁਲਾਉਣਾ, ਲਿਖਿਆ ਹੁੰਦਾ। ਅੱਛਾ, ਕਾਲ ਡਰੋਪ ਹੋ ਗਈ। ਚਲੋ, ਮਤਲਬ ਨਾ ਜਿਹੜਾ ਇੱਦਾਂ, ਮਤਲਬ ਦੇਖੋ, ਬਹੁਤ ਸਾਰੇ ਸੱਜਣਾਂ ਦੇ ਇੰਡੀਆ 'ਚ ਵੀ ਜਿੱਦਾਂ ਰਹੇ ਆ, ਮਤਲਬ ਇੰਡੀਆ 'ਚ, ਅਤੇ ਉਹ ਨਹੀਂ ਪੁੱਛਣ ਜੀ ਇੱਦਾਂ ਮਤਲਬ ਕਰਕੇ ਅਪਲਾਈ ਇੱਥੇ ਮੰਗਾ ਸਕਦੇ? ਮਤਲਬ ਉਹ 'ਚ ਮੇਨ ਇਹ, ਜਦੋਂ ਅਪਲਾਈ ਕਰਨਾ ਤਾਂ ਉਹ 'ਚ ਪੈਨ ਨੰਬਰ ਦੇਣਾ ਪੈਣਾ ਆ, ਐਡਰੈਸ ਇੱਥੇ ਦੇ ਕੇ ਫਿਰ। ਇੱਕ ਕਾਲ ਲੈ ਲਈਏ। ਹੈਲੋ, ਹਾਂਜੀ, ਵਾਹਿ ਖਾਲਸਾ ਵਾਹਿ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲਦੇ ਬੀਬੀ ਜੀ, ਕਿੱਥੋਂ ਬੋਲਦੇ ਜੀ? ਇੱਥੋਂ ਬੁਲਵਿੰਦਰ ਤੋਂ ਬੋਲਦੀ ਮੈਂ। ਹਾਂਜੀ, ਪੈਨ ਕਾਰਡ ਨਾ ਮੇਰੇ ਹਸਬੰਡ ਦਾ ਹੈਗਾ, ਉਹ ਚੱਲ ਸਕਦਾ? ਜਿੱਦਾਂ ਉਹਨਾਂ ਦੀ ਤਾਂ ਡੈਥ ਹੋ ਗਈ ਹੈ। ਅੱਛਾ ਜੀ, ਤੇ ਤੁਹਾਡੇ ਅਕਾਊਂਟ ਨੇ ਤੁਸੀਂ ਬਣਾਇਆ ਨੀ? ਨਹੀਂ, ਸਾਡਾ ਜੁਆਇੰਟ ਅਕਾਊਂਟ ਸੀਗਾ ਨਾ, ਤੇ ਮੇਰੇ ਹਸਬੰਡ ਨੇ ਬਣਾਇਆ ਸੀਗਾ। ਹਾਂਜੀ, ਨਹੀਂ ਫਿਰ ਬੀਬੀ ਜੀ, ਤੁਹਾਨੂੰ ਤੁਹਾਨੂੰ ਹੁਣ ਬਣਾਉਣਾ ਪੈਣਾ ਫਿਰ। ਅੱਛਾ, ਬਣਾਉਣਾ ਪੈਣਾ, ਉਹ ਨਹੀਂ ਚੱਲ ਰਹਿਣਾ ਜਿੱਦਾਂ। ਪੈਨ ਕਾਰਡ ਦਾ ਕਾਨੂੰਨ ਇਹ ਹੈ ਜੀ, ਮਤਲਬ ਜਿਹਦਾ ਪੈਨ ਕਾਰਡ ਆ ਸਿਰਫ ਉਹੀ ਅਕਾਊਂਟ ਯੂਜ਼ ਕਰ ਸਕਦਾ ਆ, ਸੋ ਉਹਨਾਂ ਦਾ ਪੈਨ ਕਾਰਡ ਤੁਸੀਂ ਨਹੀਂ ਯੂਜ਼ ਕਰ ਸਕਦੇ, ਤੁਹਾਨੂੰ ਆਪਣਾ ਵੱਖਰਾ ਪੈਨ ਕਾਰਡ ਬਣਾਉਣਾ ਪਊਗਾ ਜੀ। ਅੱਛਾ ਜੀ, ਫਾਰਮ ਭਰ ਕੇ ਫਿਰ ਕਿੱਥੇ ਭੇਜਦੇ ਆ? ਜਦੋਂ ਉੱਥੇ ਇੰਟਰਨੈਟ 'ਤੇ ਜਾ ਕੇ ਫਾਰਮ ਭਰੋਗੇ ਅਤੇ ਪੇਮੈਂਟ ਕਰਕੇ ਜਦੋਂ ਫਾਰਮ ਪ੍ਰਿੰਟ ਕਰਨ ਲੱਗਦੇ ਆ, ਉੱਤੇ ਐਡਰੈਸ ਵੀ ਲਿਖਿਆ ਆ ਜਾਂਦਾ, ਪੂਨੇ ਦਾ ਐਡਰੈਸ ਹੈ ਮਹਾਰਾਸ਼ਟਰ ਦਾ, ਅਤੇ ਉਹ ਐਡਰੈਸ ਦੇ ਉੱਤੇ ਤੁਸੀਂ ਪੋਸਟ ਕਰਦੇ ਆ, ਅਤੇ ਤਕਰੀਬਨ 4-5 ਵੀਕਾਂ ਦੇ ਵਿੱਚ ਹੀ ਕਾਰਡ ਬਣ ਕੇ ਘਰ ਆ ਜਾਂਦੇ ਆ। ਨਿਕਲ ਜਾਂਦੀ ਆ, ਫੇ ਫਾਰਮ ਪ੍ਰਿੰਟ ਹੁੰਦਾ, ਉਹਨਾਂ ਚਿਰ ਫਾਰਮ ਪ੍ਰਿੰਟ ਨਹੀਂ ਹੁੰਦਾ। ਹਾਂਜੀ, ਇਹ ਜਿਹੜੇ ਜਿੱਦਾਂ ਉਹ ਵੀ ਭਾਈ ਸਾਹਿਬ ਨੇ ਪਹਿਲਾਂ ਦੱਸਿਆ 39 ਪਾਉਣ ਲੱਗੇ, ਵੈਬਸਾਈਟਾਂ ਇੱਦਾਂ ਕਾਫੀ ਬਹੁਤ ਹੈ ਜਿੱਦਾਂ ਦੀਆਂ, ਬਹੁਤ ਇੱਦਾਂ ਦੀਆਂ ਹੈ ਜੀ। ਉਹਦੇ 'ਚ ਕੋਈ ਉਹਦਾ ਇੱਕ ਕਹਿੰਦੇ ਉਹ ਕਹਿੰਦੇ ਜੀ ਸਾਨੂੰ ਕਹਿੰਦੇ ਈਮੇਲ ਆਈ ਹੈ ਜੀ,
ਵੀ ਆਪਣੇ ਪਾਸਪੋਰਟ ਦੀ ਕਾਪੀ ਨਾ ਤੁਸੀਂ ਇੱਥੋਂ ਫੋਰਨ ਐਂਡ ਕਾਮਨਵੈਲਥ ਆਫਿਸ ਮਿਲਟਨ ਕੀਨਸ ਵਾਲਿਆਂ ਤੋਂ ਟੈਸਟ ਕਰਾ ਕੇ ਭੇਜੋ। ਹਾਂਜੀ, ਮੈਂ ਕਿਹਾ ਸਾਨੂੰ ਇੰਨਾ ਚਿਰ ਪੈਨ ਕਾਰਡ ਦੇ ਫਾਰਮ ਭਰਦੇ ਨੂੰ ਹੋ ਗਿਆ, ਕਦੀ ਨਹੀਂ ਹੋਇਆ, ਤੁਹਾਨੂੰ ਕਿੱਦਾਂ ਈਮੇਲ ਆ ਗਈ? ਨਹੀਂ, ਕਈ ਵਾਰ ਮਤਲਬ ਜੇ ਤਾਂ ਸਹੀ ਸਹੀ ਵੈਬਸਾਈਟ 'ਤੇ ਚੱਲ ਜਾਣ ਫਿਰ ਕੋਈ ਪ੍ਰੋਬਲਮ ਨਹੀਂ ਹੁੰਦੀ। ਪਰ ਮੈਂ ਪੁੱਛਾਂ ਜੀ, ਜਿੱਦਾਂ ਮੈਂ ਗੱਲ ਕਰ ਰਿਹਾ ਸੀ ਵੀ ਫਰਜ਼ ਕਰ ਲਓ ਜਿਹੜੇ ਇੰਡੀਆ 'ਚ ਬਣਾ ਕੇ ਆਏ ਲੋਕ, ਹਾਂਜੀ, ਉਹ ਲੋਕ ਅਪਲਾਈ ਕਰਕੇ ਆ ਗਏ, ਇੱਥੇ ਆ ਗਏ, ਪੈਨ ਕਾਰਡ ਆਇਆ, ਮਗਰੋਂ ਵਾਪਸ ਚਲੇ ਗਏ, ਉਹ ਕੀ ਲੋਕ ਇੱਦਾਂ ਦਾ ਨਹੀਂ ਕੋਈ ਆਪਣੇ ਕੋਲ ਤਜਰਬਾ ਵੀ ਉਹ ਇੱਥੋਂ ਇੱਥੇ ਦਾ ਐਡਰੈਸ ਦੇਣ, ਉਹਦੀ ਫੀਸ ਹੋਰ ਲੱਗਣੀ ਲੱਗਣੀ? ਬਿਲਕੁਲ ਜੀ, ਫੀਸ ਹਾਂਜੀ, ਕਿਉਂਕਿ ਉੱਥੇ ਫੀਸ ਥੋੜ੍ਹੀ ਆ। ਹਾਂਜੀ, ਉਹਦੇ ਨਾਲ ਜਦੋਂ ਫਾਰਮ ਭਰ ਕੇ ਜਿਹੜਾ ਪਰੂਫ ਭੇਜਣਾ ਐਡਰੈਸ ਦਾ, ਹਾਂਜੀ, ਜੇ ਤੁਸੀਂ ਇੰਡੀਆ ਦਾ ਐਡਰੈਸ ਦਾ ਪਰੂਫ ਭੇਜਦੇ ਹਾਂ, ਹਾਂਜੀ, ਫਿਰ ਇੰਡੀਆ ਭੇਜੂਗੇ, ਜੇ ਇੱਥੇ ਦਾ ਪਰੂਫ ਭੇਜਦੇ ਹਾਂ ਫਿਰ ਇੱਥੇ ਭੇਜੂਗੇ, ਇਸੇ ਕਰਕੇ ਐਡਰੈਸ ਦਾ ਪਰੂਫ ਮੰਗਦੇ ਹੋ। ਹਾਂ ਬਿਲਕੁਲ, ਤਾਂ ਫਿਰ ਉਹ ਇੱਦਾਂ ਦਾ ਕੋਈ ਤੁਹਾਡੇ ਨੌਲੇਜ 'ਚ ਨਹੀਂ ਆਇਆ ਵੀ ਜਿਹਨੇ ਕੋਈ ਬੰਦੇ ਦੇ ਇੱਦਾਂ? ਮੈਂ ਇਹ ਕਹਿੰਦਾ ਸੀ ਵੀ ਜੇ ਕੋਈ ਇੱਦਾਂ ਦਾ ਬੰਦਾ ਟੱਕਰੇ ਵੀ ਉਹਦਾ ਵਾਪਸ ਚਲੇ ਗਿਆ, ਉਹ ਫਿਰ ਕਹਿ ਦਿੰਦੇ ਜਦੋਂ ਵਾਪਸ ਜਾਵਾਂਗੇ ਉਦੋਂ ਇੱਥੇ ਵੀ ਮੰਗਾ ਸਕਦੇ, ਵੈਸੇ ਮੰਗਾਉਣਾ ਹੀ ਚਾਹੀਦਾ। ਹਾਂਜੀ ਹਾਂਜੀ, ਮੰਗਾ ਸਕਦੇ। ਇੱਕ ਕਾਲ ਲੈ ਲਈਏ। ਹੈਲੋ, ਹੈਲੋ, ਹਾਂਜੀ, ਵਾਹਿ ਖਾਲਸਾ ਵਾਹਿ ਜੀ ਫਤਿਹ। ਹਾਂਜੀ, ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਹਾਂਜੀ, ਮੈਂ ਦਲਵੀਰ ਸਿੰਘ ਬੋਲਦਾ ਟੈਲੀਫੋਨ ਤੇ ਜੀ। ਹਾਂਜੀ ਦਲਵੀਰ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਅਸੀਂ ਮੈਂ ਪੁੱਛਣਾ ਚਾਹੁੰਦਾ ਸੀ ਵੀ ਜਿਹੜੇ ਆਧਾਰ ਕਾਰਡ ਦੇ ਬਾਰੇ ਅਸੀਂ NRI ਚ ਨਹੀਂ ਬਣਾ ਸਕਦੇ, ਹਾਂਜੀ ਹਾਂਜੀ, ਤੇ ਜਿਹੜਾ ਸਾਡੇ ਉੱਥੇ ਅਕਾਊਂਟ ਇੱਕ ਦਾ ਪਿੰਡ ਦੇ ਨਾਂ ਤੇ ਚੱਲਦਾ ਆ, ਹਾਂਜੀ, ਤੇ ਜੋ ਅਸੀਂ ਅਗਲੇ ਸਾਲ ਜਾ ਕੇ ਅਸੀਂ ਉਹਨੂੰ ਚੇਂਜ ਕਰਾ ਸਕਦੇ ਹਾਂ ਕਿ ਵਿਦਆਊਟ ਪੈਨ ਕਾਰਡ ਤੋਂ? ਨਹੀਂ, ਪੈਨ ਕਾਰਡ ਤਾਂ ਤੁਹਾਨੂੰ ਬਣਾਉਣਾ ਹੀ ਪੈਣਾ ਜੀ, ਆਧਾਰ ਕਾਰਡ ਦੀ, ਪੈਨ ਕਾਰਡ ਤਾਂ ਬਣਾਉਣਾ, ਪੈਨ ਕਾਰਡ ਤਾਂ ਖੋਲ ਸਕਦੇ ਆ ਜਿਹੜੇ ਬਾਹਰ ਬੰਦੇ ਰਹਿੰਦੇ ਆ। ਉਹੀ ਤਾਂ ਅਸੀਂ ਦੱਸਦੇ ਹਾਂ ਜੀ, ਉਹ ਅਕਾਊਂਟ ਆਪਾਂ ਚਲਾ ਨਹੀਂ ਸਕਦੇ, ਚਲਾ ਨਹੀਂ ਸਕਦੇ, ਪਰ ਉਹ ਚੇਂਜ ਹੋ ਸਕਦਾ ਜਾ ਕੇ। ਹਾਂਜੀ ਠੀਕ ਹੈ, ਠੀਕ ਹੈ ਜੀ, ਬਿਲਕੁਲ, ਹਾਂਜੀ, ਥੈਂਕ ਯੂ ਜੀ, ਓਕੇ ਜੀ, ਓਕੇ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਇਸ ਗੱਲ ਤੋਂ ਜਾਣੂ ਕਰਵਾ ਦਿਆਂ ਵੀ ਬਹੁਤ ਸਾਰੇ ਸਾਡੇ ਸੱਜਣਾਂ ਦੇ, ਕਿਉਂਕਿ ਪਹਿਲਾਂ ਇੱਦਾਂ ਦੀ ਗੱਲ ਕਦੀ ਆਈ ਨਹੀਂ, ਪੁੱਛਣ ਜੀ ਉੱਥੇ ਦੇ ਰੈਜੀਡੈਂਸ ਅਕਾਊਂਟ ਹੈਗੇ ਆ ਸਾਰਿਆਂ ਦੇ? ਸਾਰਿਆਂ ਦੇ ਹੀ ਆ, ਹਾਂਜੀ, ਤੇ ਉਹਦੇ ਲਈ ਆ ਡੇਟ ਜਿਹੜੀ ਹੈਗੀ ਆ, ਭਾਵਾਂ ਉਹਨਾਂ ਨੇ 31 December ਹੀ ਆ, ਐਸੀ ਗੱਲ ਕੋਈ ਨਹੀਂ ਵੀ ਲੋਕਾਂ ਦੇ ਪੈਸੇ ਨਹੀਂ ਕਿਤੇ ਵੀ ਜਾਣੇ, ਪਰ ਇੱਕ ਪ੍ਰੋਬਲਮ ਜ਼ਰੂਰ ਆ ਸਕਦੀ ਆ, ਹਾਂਜੀ, ਵੀ ਜਦੋਂ ਬਾਅਦ ਦੇ ਵਿੱਚ ਜਾ ਕੇ ਉਹਨੂੰ ਕਨਵਰਟ ਕਰਨਾ NRO 'ਚ, ਹੋ ਸਕਦਾ ਉਦੋਂ ਇੱਦਾਂ ਦਾ ਕੁਐਸਚਨ ਆ ਜਾਵੇ ਵੀ ਤੁਸੀਂ ਕਦੋਂ ਦੇ NRI ਬਣੇ, ਤੋ ਬੈਕ ਤੋਂ ਪਿੱਛੋਂ ਵੀ ਟੈਕਸ ਲੱਗ ਜਾਵੇ, ਇਹ ਨਹੀਂ ਪਤਾ ਅਜੇ, ਇਹਦੇ ਲਈ ਜੋ ਵੀ ਇਨਫੋਰਮੇਸ਼ਨ ਆਊ ਉਹੀ ਦਰਸ਼ਕਾਂ ਦੇ ਨਾਲ ਜ਼ਰੂਰ ਸਮੇਂ ਸਮੇਂ ਸਿਰ ਸਾਂਝੀ ਕਰਦੇ ਰਹਾਂਗੇ। ਇੱਕ ਕਾਲ ਲੈ ਲਈਏ। ਹੈਲੋ, ਵਾਹਿ ਖਾਲਸਾ ਵਾਹਿ ਜੀ ਫਤਿਹ ਜੀ। ਹਾਂਜੀ, ਕੌਣ ਬੋਲਦੇ ਬੀਬੀ ਜੀ, ਕਿੱਥੋਂ ਬੋਲਦੇ ਜੀ? ਮੈਂ ਹਡਸਫੀਲਡ ਤੋਂ ਬੋਲਦੀ, ਸੁਰਿੰਦਰ ਕੌਰ। ਹਾਂਜੀ, ਅਸੀਂ ਪਤਾ ਕਰਨਾ ਸੀ ਵੀ ਜਿਹੜਾ ਇੰਡੀਆ ਦੇ ਬੈਂਕਾਂ ਦਾ ਸੀ 31 December ਤੋਂ ਕਹਿੰਦੇ ਸੀ ਵੀ 31 March ਤੱਕ ਹੋ ਜਾਓ, ਫਿਰ ਉਹਦੇ ਬਾਰੇ ਕੀ ਬਣਿਆ? ਨਹੀਂ ਹਜੇ ਬੀਬੀ ਜੀ ਕੁਛ ਨਹੀਂ ਇਹਦਾ ਪਤਾ ਲੱਗਾ, ਹਜੇ 31 December ਹੀ ਆ, ਸ਼ਾਇਦ ਇਸ ਹਫਤੇ ਕਹਿੰਦੇ ਸੀ, ਅਜੇ ਵੀ ਨਹੀਂ ਕੋਈ ਕੋਰਟ ਦੇ ਵਿੱਚ ਆ, ਉੱਥੋਂ ਕੋਈ ਫੈਸਲਾ ਨਹੀਂ ਆਇਆ ਹਜੇ। ਅੱਛਾ ਜੀ, ਤੇ ਹਜੇ ਹੈ ਤੇ 31 December ਤੱਕ ਹੀ ਆ ਉਦਾਂ। 31 ਤਾਂ ਆਈ ਖੜੀ। ਹਾਂਜੀ, 31 ਤਾਂ ਆ ਗਈ ਜੀ, ਆਈ ਖੜੀ ਆ। ਹਾਂਜੀ, ਬਾਕੀ ਕੋਈ ਏਦਾਂ ਨੀ ਅਕਾਊਂਟ ਜਿਹੜੇ ਜਾ ਕੇ ਜਦੋਂ ਵੀ ਤੁਸੀਂ ਜਾਓਗੇ ਤੁਸੀਂ ਉਹਨਾਂ ਅਕਾਊਂਟਾਂ ਨੂੰ ਆਪਣੇ NRO 'ਚ ਬਦਲੀ ਕਰਕੇ ਉਹਨੂੰ ਚਲਾ ਸਕਦੇ ਆ, ਕੋਈ ਕੋਈ ਘਬਰਾਉਣ ਵਾਲੀ ਗੱਲ ਨਹੀਂ ਏਡੀ, ਵੀ ਲੋਕੀ ਕਈ ਸੋਚਦੇ ਵੀ ਸਾਡੇ ਖਾਲੀ ਪੈਸੇ ਹੀ ਜ਼ਬਤ ਹੋ ਜਾਣੇ, ਪੈਸੇ ਨਹੀਂ ਕਿਸੇ ਦੇ ਵੀ ਜਾਣੇ, ਟੈਕਸ ਟੈਕਸ ਦਾ ਜ਼ਰੂਰ ਫਰਕ ਪੈ ਸਕਦਾ, ਟੈਕਸ ਵੱਧ ਘੱਟ ਲੱਗ ਸਕਦਾ। ਹਾਂਜੀ ਹਾਂਜੀ, ਹਾਂਜੀ ਬਿਲਕੁਲ ਜੀ ਬਿਲਕੁਲ, ਹਾਂਜੀ ਓਕੇ ਜੀ ਓਕੇ, ਵਾਹਿਗੁਰੂ ਜੀ ਫਤਿਹ। ਮਤਲਬ ਇਹ 'ਚ ਇੱਕ ਇੱਕ ਗੱਲ ਇਹ 'ਚ ਇੱਦਾਂ ਹੋ ਸਕਦੀ ਹੈ ਮੈਨੂੰ ਜਿੱਦਾਂ ਮੇਰੇ ਖਿਆਲ 'ਚ ਹੁੰਦੀ ਆ। ਹਾਂਜੀ, ਅੱਛਾ, ਉਹ ਮਤਲਬ ਕਿਸੇ ਦਾ ਕੋਈ 25 ਸਾਲ ਪੁਰਾਣਾ ਇੰਡੀਆ ਦਾ ਅਕਾਊਂਟ ਖੁੱਲ੍ਹਿਆ ਆ, ਹਾਂਜੀ,
ਤੇ ਉਹਨਾਂ ਨੇ ਉਹ ਜਦੋਂ ਪੈਸੇ ਰੱਖੇ ਸੀਗੇ ਜਾਂ ਐਫ ਡੀ ਪਈ ਆ ਉਹ 'ਚ ਸਾਲ ਦਾ ਵਿਆਜ ਹੁੰਦਾ ਉੱਤੇ ਉਹ ਟੈਕਸ ਇੰਡੀਆ ਦਾ 10% ਵਾਲਾ ਪੇ ਕਰੀ ਜਾਂਦਾ ਪੇ ਕਰੀ ਜਾਂਦੇ ਤੇ ਹੁਣ ਜਦੋਂ ਉਹ ਜਾ ਕੇ ਆਪਣਾ ਅਕਾਊਂਟ ਦਾ ਹਿਸਾਬ ਕਿਤਾਬ ਕਰੂਗੇ ਐਨ ਆਰ ਓ ਬਣਾਉਣਾ ਹੋਊਗਾ ਜਦੋਂ ਉਹਨਾਂ ਫਿਰ ਬੈਂਕ ਵਾਲੇ ਕਹੂਗੇ ਓਕੇ ਜੀ ਤੁਹਾਡੇ ਸਾਡੇ ਹਿਸਾਬ ਨਾਲ ਹੁਣ ਤਾਂ ਤੁਸੀਂ ਐਨ ਆਰ ਆਈ ਆ ਤੇ ਸਾਨੂੰ ਪਤਾ ਨਹੀਂ ਵੀ ਤੁਸੀਂ ਐਨ ਆਰ ਆਈ ਸੀਗੇ ਵੀ ਤੁਸੀਂ ਕਦੋਂ ਤੋਂ ਐਨ ਆਰ ਆਈ ਬਣੇ ਆ ਸੋ ਉਦੋਂ ਤੋਂ ਫਿਰ ਉਹ ਜਿਹੜਾ 10% ਜਿਹੜਾ ਟੈਕਸ ਕੱਟਦੇ ਰਹੇ ਆ ਫਿਰ ਉਹ ਐਨ ਆਰ ਓ ਅਕਾਊਂਟ ਦੇ ਹਿਸਾਬ ਨਾਲ ਫਿਰ ਜਿੰਨਾ ਬਣਦਾ ਸੀਗਾ ਗੈਪ ਆ ਟੈਕਸ ਦਾ ਥੋੜ੍ਹਾ ਪੇ ਕੀਤਾ ਫਿਰ ਉਹਨਾਂ ਟੈਕਸ ਕੱਟ ਕੇ ਫਿਰ ਬਾਕੀ ਪੈਸੇ ਦੇ ਦੂਗੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਾਂ 10% ਉਹਨਾਂ ਦਾ ਹੀ ਕੱਟਦੇ ਸੀ ਜਿਹਨਾਂ ਦੇ ਕੋਲ ਪੈਨ ਕਾਰਡ ਸੀ ਅੱਛਾ ਜਿਹਨਾਂ ਦੇ ਕੋਲ ਪੈਨ ਕਾਰਡ ਹੈ ਨਹੀਂ ਉਹਦਾ 20% ਕੱਟਦੇ ਇਹ ਵੀ ਗੱਲ ਚੱਲਦੀ ਰਹੀ ਆ ਜੇ ਤੁਹਾਡੇ ਕੋਲ ਪੈਨ ਕਾਰਡ ਬਣਿਆ ਪਹਿਲੋਂ ਇੱਦਾਂ ਹੀ ਸੀਗਾ 10% ਦਾ ਪਹਿਲੋਂ ਤਾਂ ਬੈਂਕਾਂ ਵਾਲੇ ਹੀ ਕਹਿੰਦੇ ਹੁੰਦੇ ਸੀ ਜੀ ਤੁਸੀਂ ਆਹ ਬਦਲੀ ਕਰ ਲਓ ਤੁਹਾਨੂੰ ਟੈਕਸ ਨਾ ਲੱਗੇ ਇੱਦਾਂ ਕਰ ਲਓ ਆਪ ਹੀ ਸਲਾਹ ਦਿੰਦੇ ਸੀ ਜੀ ਇਹ ਕਾਲ ਲੈ ਲਈਏ ਹੈਲੋ ਹਾਂਜੀ ਵਾਹਿ ਖਾਲਸਾ ਵਾਹਿ ਜੀ ਫਤਿਹ ਹਾਂਜੀ ਕੌਣ ਬੋਲਦੇ ਕਿੱਥੋਂ ਬੋਲਦੇ ਜੀ ਹਾਂਜੀ ਮੈਂ ਪੁੱਛਣਾ ਸੀਗਾ ਕਿ ਇਹ ਕਾਰਡ ਹੁੰਦੇ ਕਿ ਸਾਨੂੰ ਤਾਂ ਪਤਾ ਨਹੀਂ ਹਾਂਜੀ ਮੇਰਾ ਅਕਾਊਂਟ ਹੈਗਾ ਉਹਦਾ ਐਨ ਆਰ ਜੀ ਤਾਂ ਦੂਜਾ ਵੀ ਹੈ ਐਨ ਆਰ ਓ ਅਕਾਊਂਟ ਹੈ ਤੁਹਾਡਾ ਹਾਂਜੀ ਦੂਸਰਾ ਵੀ ਹੈ ਇੰਡੀਆ ਦਾ ਵੀ ਇੰਡੀਆ ਵਾਲਾ ਵੀ ਆ ਉਹ ਐਨ ਆਰ ਓ ਦੇ ਵਿੱਚ ਹੀ ਉਹਦੇ ਵਿੱਚ ਉਹਦੇ ਜਿਹੜੇ ਦੂਜੇ ਚ ਪੈਸੇ ਆ ਉਹ ਐਨ ਆਰ ਓ ਚ ਬਦਲੀ ਕਰਾ ਲਓ ਅੱਛਾ ਤੇ ਉਹ ਕਿਉਂਕਿ ਸਾਸੀ 4-5 ਸਾਲ ਤੋਂ ਨਹੀਂ ਗਿਆ ਤੇ ਇਹਨਾਂ ਸਾਲ ਸਾਲ ਜਾਈਦਾ ਸੀ ਦਿਖਾਲਣਾ ਪੈਂਦਾ ਜੋ ਟੈਕਸ ਨਾਲ ਸੰਬੰਧ ਆ ਬਣਾ ਸਕਦੇ ਤੁਸੀਂ ਪੈਨ ਕਾਰਡ ਇੱਥੋਂ ਬਿੱਠੇ ਬਣਾ ਸਕਦੇ ਹਾਂ ਜੇ ਹੁਣ ਉੱਥੇ ਪੈਸੇ ਜਿਹੜੇ ਹੈਗੇ ਆਪਾਂ ਨਹੀਂ ਜਾ ਸਕਦੇ ਪੈਸੇ ਇੰਡੀਅਨ ਬੈਂਕ ਚੋਂ ਇੰਡੀਅਨ ਅਕਾਊਂਟ ਚੋਂ ਆਪਾਂ ਦੂਜੇ ਸੀ ਟ੍ਰਾਂਸਫਰ ਕਰ ਸਕਦੇ ਇਹ ਤੁਹਾਡੀ ਬੈਂਕ ਤੇ ਡਿਪੈਂਡ ਕਰਦਾ ਜੀ ਬੈਂਕ ਉਹੀ ਨੈਸ਼ਨਲ ਜਿਹੜੀ ਆਪਣੀ ਇੰਡੀਆ ਦੀ ਬੈਂਕ ਹਾਂਜੀ ਨਹੀਂ ਤੁਹਾਡੇ ਬੈਂਕ ਮੈਨੇਜਰ ਤੇ ਜਿਹੜੀ ਬ੍ਰਾਂਚ ਆ ਵੀ ਤੁਸੀਂ ਜੇ ਇੱਥੋਂ ਬਿੱਠੇ ਵੀ ਕਰਾਉਣੇ ਆ ਵੀ ਆਹ ਗੱਲ ਹੈਗੀ ਸਾਡੀ ਤੇ ਮਤਲਬ ਵੈਸੇ ਜ਼ਿਆਦਾ ਬਿਹਤਰ ਇਹੋ ਹੀ ਆ ਵੀ ਜਾ ਕੇ ਹੋਵੇ ਤੇ ਚੰਗੀ ਗੱਲ ਆ ਜੇ ਕੋਈ ਨਾ ਜਾ ਸਕਦਾ ਹੋਵੇ ਨਹੀਂ ਉਹ ਪਾਵਰ ਆਫ ਅਟਾਰਨੀ ਵੀ ਦੇ ਸਕਦਾ ਕਿਸੇ ਨੂੰ ਮੁਖਤਾਰਨਾਮਾ ਦੇ ਸਕਦਾ ਹਾਂਜੀ 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 ਬਸ ਠੀਕ ਹੈ ਤਰੀਕੇ ਤਾਂ ਹੈਗੇ ਆ ਜਿਹੜੇ ਵੀ ਮਤਲਬ ਕੋਈ ਵੀ ਉਹ ਖਰਚੇ ਹੀ ਵਾਧੂ ਆ ਹਾਂਜੀ ਹਾਂਜੀ ਅਕਾਊਂਟ ਕਿਉਂਕਿ ਇੱਥੇ ਜਿਹੜਾ ਹੁਣ ਆਪਾਂ ਜ਼ਮੀਨਾਂ ਹੈਗੀਆਂ ਹਾਂ ਉਹਨਾਂ ਦੀ ਜਿਹੜੀ ਜਾਂਦੇ ਆ ਪੈਸੇ ਫਿਰ ਉਹ ਹੈ ਅਕਾਊਂਟ ਗੱਲ ਕਰਦੇ ਸੀ ਆਪਾਂ ਬਈ ਪਿੱਛੋਂ ਤੋਂ ਲਾ ਸਕਦੇ ਆ ਉਹ ਪਿੱਛੋਂ ਤੋਂ ਮਤਲਬ ਇਹ ਨਹੀਂ ਪਤਾ ਵੀ ਹੁਣ ਉਹਦੇ ਤੇ ਉਹ ਜਾਂ ਜਿਸ ਤਰ੍ਹਾਂ ਮੈਂ ਇੱਕ ਦਿਨ ਸੋਚਦਾ ਸੀ ਜਿਸ ਤਰ੍ਹਾਂ ਆਪਾਂ ਇਹਨਾਂ ਨੇ ਓ ਸੀ ਆਈ ਵਾਲਿਆਂ ਨੇ ਜਿਹੜਾ ਆਪਣੀ ਨੈਸ਼ਨੈਲਿਟੀ ਸਰੈਂਡਰ ਕਰਨ ਲਈ ਜਿਸ ਤਰ੍ਹਾਂ ਕੀਤਾ ਸੀ 2005 ਤੋਂ ਪਹਿਲਾਂ ਭਾਵਾਂ ਕਿਸੇ ਨੇ ਟਰੈਵਲ ਕੀਤਾ ਵੀ ਆ ਜੇ ਨਹੀਂ ਕੀਤਾ ਉਹ ਉੱਥੇ ਉਹਦਾ ਉਹ ਗਿਣਦੇ ਨਹੀਂ ਹੋ ਸਕਦਾ ਕਿਉਂਕਿ ਪਹਿਲਾਂ ਲੋਕਾਂ ਨੇ ਕੋਈ ਬੇਈਮਾਨੀ ਦੇ ਤੌਰ ਤੇ ਨਹੀਂ ਕਰਾਇਆ ਨਾ ਲੋਕਾਂ ਨੂੰ ਪਤਾ ਹੀ ਨਹੀਂ ਸੀ ਹਾਂਜੀ ਇਹ ਕਾਲ ਲੈ ਲਈਏ ਹੈਲੋ ਹਾਂਜੀ ਵਾਹਿਗੁਰੂ ਸਾਹਿਬ ਜੀ ਫਤਿਹ ਹਾਂਜੀ ਭਾਜੀ ਮੈਂ ਇੰਡੀਅਨ ਵਰਕਰ ਐਸੋਸੀਏਸ਼ਨ ਦਾ ਦਫ਼ਤਰ ਆ ਸਾਊਥ ਹਾਲ ਦੇ ਵਿਚ ਹਾਂਜੀ ਓਥੇ ਬਣਾਉਂਦੇ ਆ ਜੀ ਉਹ ਕਿੱਥੇ ਕਰਕੇ ਜਿਥੇ ਐਮ ਪੀ ਵਰਿੰਦਰ ਸ਼ਰਮਾ ਜੀ ਦਾ ਦਫ਼ਤਰ ਆ ਓਹਦੇ ਲਾਗੇ ਆ ਦੱਸਦੇ ਅੱਛਾ
ਹਾਂਜੀ, ਉਹ ਜਿਸ ਤਰ੍ਹਾਂ ਆਪਣੇ ਪਾਸਪੋਰਟਾਂ ਦਾ ਵੀ ਉਹ 2005 ਤੋਂ ਕਰਦਾ ਸੀ, ਕਿਉਂਕਿ ਦੇਖੋ ਲੋਕਾਂ ਨੇ ਜਿਹੜੇ ਅਕਾਊਂਟ ਬੈਂਕਾਂ ਵਾਲੇ ਕਹਿੰਦੇ ਹੁੰਦੇ ਸੀ ਤੁਸੀਂ ਦਾਓ ਦਾਓ ਅਕਾਊਂਟ ਖੋਲੋ, ਫਿਰ ਬੈਂਕਾਂ ਵਾਲੇ ਇੱਕ ਵਾਰ ਦੀ ਚਿਰਾਂ ਦੀ ਗੱਲ ਹੈ, ਬੈਂਕ ਵਾਲਾ ਇੱਕ ਮੈਨੂੰ ਕਹਿੰਦਾ ਵੀ ਐਫ ਡੀਆਂ ਸਪਲੈਟ ਕਰ ਦਿਓ, ਇੱਦਾਂ ਕਰ ਦਿਓ। ਮੈਂ ਕਿਹਾ ਜੀ ਕਾਹਦੇ ਲਈ? ਕਹਿੰਦਾ ਫਿਰ ਟੈਕਸ ਨਹੀਂ ਲੱਗੂਗਾ। ਮੈਂ ਕਿਹਾ ਜੇ ਕਾਹਦੇ 'ਤੇ ਟੈਕਸ ਲੱਗਣਾ? ਵਿਆਜ 'ਤੇ। ਮੈਂ ਕਿਹਾ ਵਿਆਜ 'ਤੇ ਲੱਗ ਜੂ ਤਾਂ ਕੀ? ਕਹਿੰਦਾ ਜੀ ਇੱਦਾਂ ਸੋਚਦੇ ਨਹੀਂ ਸਾਰੇ ਬੰਦੇ। ਸੋ ਉਹ ਬੈਂਕਾਂ ਵਾਲੇ ਵੀ ਗਾਈਡ ਇੱਦਾਂ ਹੀ ਕਰਦੇ ਸੀ, ਇਸ ਕਰਕੇ ਸਾਡੇ ਕਿਸੇ ਵੀ ਭੈਣ ਭਰਾਵਾਂ ਦਾ ਕੋਈ ਕਸੂਰ ਨੀਗਾ। ਲੇਕਿਨ ਹੁਣ ਉਹ ਕਾਨੂੰਨ ਜੇ ਚੇਂਜ ਹੋਈ ਜਾਂਦੇ ਆ ਤਾਂ ਸਾਨੂੰ ਉਹਦੇ ਨਾਲ ਜ਼ਰੂਰ ਚੇਂਜ। ਕਈ ਲੋਕਾਂ ਨੇ ਸੱਚੀ ਉੱਚੀ ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਹਾਂਜੀ, ਮੈਂ ਪੁੱਛਣਾ ਸੀ ਜਿੱਦਾਂ ਮਤਲਬ ਮੈਂ ਹੁਣ ਕੰਮ ਤੋਂ ਆਇਆ, ਮੈਂ ਆਣ ਕੇ ਤੁਹਾਡਾ ਪ੍ਰੋਗਰਾਮ ਦੇਖਣ ਲੱਗਾ ਸੀ, ਸ਼ੁਰੂ ਹੀ ਕੀਤਾ ਸੀ ਜੀ, ਤੇ ਉਦੋਂ ਮੈਨੂੰ ਪਤਾ ਲੱਗਾ ਸੀ ਵੀ ਜਿੱਦਾਂ ਆਧਾਰ ਕਾਰਡ ਜਿਹੜੇ ਤੁਸੀਂ ਕਹਿੰਦੇ ਸੀ ਤੇ ਜਿਹੜੇ ਇੱਥੇ ਦੇ NRI ਆ, ਆਧਾਰ ਕਾਰਡ ਨਹੀਂ ਬਣਦੇ ਉਹਨਾਂ ਦੇ? ਨਹੀਂ ਬਣਾ ਲੈਂਦੇ, ਲੇਕਿਨ ਆਪਾਂ ਕਾਨੂੰਨੀ ਤੌਰ ਤੇ ਨਹੀਂ ਬਣਾ ਸਕਦੇ। ਤੇ ਜਿੱਦਾਂ ਮਤਲਬ ਇਹ ਪਹਿਲਾਂ ਬਣਿਆ ਤੇ 2-3 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਨਹਿਲ ਜੀ ਮਿਲ ਗਈ, ਇੱਥੇ ਦਾ ਪਾਸਪੋਰਟ ਮਿਲ ਗਿਆ, ਨਿੱਕੀ ਤੁਹਾਨੂੰ ਮੈਂ ਜਾਣਕਾਰੀ ਦੇਣੀ ਚਾਹੁੰਦਾ ਇਹਦੇ ਬਾਰੇ। ਆਧਾਰ ਕਾਰਡ ਦਾ ਪਹਿਲਾਂ ਆਪਾਂ ਇਹ ਦੇਖੀਏ ਵੀ ਮਤਲਬ ਇਹਦਾ ਮਤਲਬ ਕੀ ਆ ਆਧਾਰ ਕਾਰਡ ਦਾ? ਤੁਸੀਂ ਇੰਡੀਆ ਵਿੱਚ ਕਾਨੂੰਨ ਇਹ ਆ, ਜੇ ਤੁਸੀਂ ਇੰਡੀਆ ਵਿੱਚ 6 ਮਹੀਨੇ ਤੋਂ ਜ਼ਿਆਦਾ ਰਹਿੰਦੇ ਆ, 182 ਦਿਨ ਦਾ ਕਾਨੂੰਨ ਆ ਇਹਦਾ, 6 ਮਹੀਨੇ ਤੋਂ ਜ਼ਿਆਦਾ ਰਹਿੰਦੇ ਆ, ਤੇ ਫਿਰ ਤੁਸੀਂ ਜੇ ਉੱਥੇ ਕੋਈ ਸਰਵਿਸਿਜ਼ ਯੂਜ਼ ਕਰਦੇ ਆ, ਤੁਸੀਂ ਗੈਸ ਸਿਲੰਡਰ ਲੈਣਾ ਆ, ਫੋਨ ਕਾਰਡ ਲੈਣਾ ਆ, ਜਾਂ ਕੋਈ ਬਿਜਲੀ ਦਾ ਬਿੱਲ ਆਪਣੇ ਨਾਂ 'ਤੇ ਕਰਾਉਣਾ ਆ, ਇੱਦਾਂ ਦੇ ਜਿਹੜੇ ਕੰਮ ਆ, ਫਿਰ ਉਹਦੇ ਵਾਸਤੇ ਇਹ ਤੁਹਾਡਾ ਪਰੂਫ ਹੁੰਦਾ ਵੀ ਤੁਸੀਂ ਇੰਡੀਆ ਵਿੱਚ ਰਹਿੰਦੇ ਆ, ਪਰ 6 ਮਹੀਨੇ ਰਹਿ ਕੇ ਬਾਅਦ ਵਿੱਚ ਪਹਿਲਾਂ। ਸੋ ਜੇ ਤੁਸੀਂ ਆਧਾਰ ਕਾਰਡ ਬਣਾਇਆ ਆ, ਕਿਉਂਕਿ ਉੱਥੇ ਤੁਹਾਡੇ ਫਿੰਗਰਪ੍ਰਿੰਟ ਵੀ ਆ, ਤੁਹਾਡੇ ਅੱਖਾਂ ਦੇ ਸਕੈਨ ਵੀ ਕਰਦੇ ਆ, ਘਰ ਦਾ ਐਡਰੈਸ ਆ, ਸਾਰੀ ਡਿਟੇਲ ਹੈਗੀ ਆ ਉੱਥੇ, ਅਤੇ ਉਹ ਉਹਨਾਂ 'ਚ ਰਿਹਾ ਜਿੰਨਾ ਚਿਰ ਤੁਸੀਂ 6 ਮਹੀਨੇ ਤੋਂ ਜ਼ਿਆਦਾ ਬਾਕੀ ਦਾ ਟਾਈਮ ਇੰਡੀਆ 'ਚ ਰਹਿੰਦੇ ਆ, 1 ਮਹੀਨਾ ਰਹੇ, 2 ਮਹੀਨੇ ਰਹੇ, ਹੈ ਨਾ, ਜ਼ਿਆਦਾ ਟਾਈਮ, ਯਾਨੀ ਕਿ ਜੇ 6 ਮਹੀਨੇ ਤੋਂ ਜ਼ਿਆਦਾ ਰਹਾਂਗੇ ਤਾਂ ਫਿਰ ਉਹਨੂੰ ਯੂਜ਼ ਕਰ ਸਕਦੇ? ਹਾਂਜੀ ਹਾਂਜੀ, ਫਿਰ ਹੀ ਆ, ਫਿਰ ਯੂਜ਼ ਕਰ ਸਕਦੇ? ਹਾਂਜੀ, ਫਿਰ ਯੂਜ਼ ਕਰ ਸਕਦੇ। ਨਾਲੇ ਇੱਕ ਚੀਜ਼ ਭਾਜੀ ਹੋਰ ਸੁਣਦੇ, ਜਿੱਦਾਂ ਵੀ ਜਿਹੜੇ ਤੁਸੀਂ ਕਹਿੰਦੇ NRI ਅਕਾਊਂਟ 'ਚ ਪੈਸੇ ਟ੍ਰਾਂਸਫਰ ਕਰਾ ਲਓ, ਤੇ ਉਹ ਜਿਹੜੇ ਦੂਸਰੇ ਨੋਰਮਲ ਅਕਾਊਂਟ ਆ ਉਹਦੇ ਕਿਸ ਹਿਸਾਬ ਨਾਲ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਚੇਂਜ ਕਰੋ? ਨਹੀਂ, ਉਹਦੇ ਵਾਸਤੇ ਨਾ ਤੁਸੀਂ ਜਿਹੜੀ ਵੀ ਪੈਕੇਜ ਤੁਹਾਡਾ ਅਕਾਊਂਟ ਹੈਗਾ ਨਾ, ਤੁਸੀਂ ਉਹਨਾਂ ਨੂੰ ਫੋਨ ਕਰਕੇ ਇੱਥੋਂ ਗੱਲ ਕਰ ਸਕਦੇ, ਮੈਨੇਜਰ ਨਾਲ ਗੱਲ ਕਰ ਲਓ ਵੀ ਆਹ ਸਾਡਾ ਅਕਾਊਂਟ ਹੈ, ਅਸੀਂ ਇਹਨੂੰ NRO ਵਿੱਚ ਟ੍ਰਾਂਸਫਰ ਕਰਾਉਣਾ ਆ। ਸਾਰੀਆਂ ਬੈਂਕਾਂ ਦੇ ਆਪਣੇ ਆਪਣੇ ਤਰੀਕੇ ਆ, ਕੋਈ ਬੈਂਕ ਇੱਦਾਂ ਕਹਿ ਸਕਦੀ ਹੈ ਜੀ ਤੁਸੀਂ ਸਾਨੂੰ ਈਮੇਲ ਕਰ ਦਿਓ, ਆਪਣੀ ਡਿਟੇਲ ਭੇਜ ਦਿਓ, ਅਸੀਂ ਕਰ ਦੇਵਾਂਗੇ। ਕੋਈ ਬੈਂਕ ਇੱਦਾਂ ਕਹਿ ਸਕਦੀ ਹੈ ਤੁਸੀਂ ਸਾਨੂੰ ਚਿੱਠੀ ਲਿਖ ਦਿਓ, ਨਾਲ ਇੱਕ ਪਾਸਪੋਰਟ ਦੀ ਕਾਪੀ ਭੇਜ ਦਿਓ, ਬੈਂਕ ਦੀ ਕਾਪੀ ਦੀ ਕਾਪੀ ਭੇਜ ਦਿਓ, ਤਾਂ ਕੋਈ ਕਹਿ ਸਕਦੇ ਵੀ ਜੇ ਤੁਹਾਡਾ ਜੁਆਇੰਟ ਅਕਾਊਂਟ ਹੈ ਉਹ ਇੱਦਾਂ ਕਹਿ ਸਕਦੇ ਤੁਸੀਂ ਦੋਨੇ ਜਣੇ ਆਓ ਇੱਥੇ ਫੇਰ ਗੱਲ ਕਰਾਂਗੇ, ਕੋਈ ਕਹਿ ਸਕਦੇ ਤੁਹਾਡੇ ਦੋਨਾਂ 'ਚੋਂ ਇੱਕ ਜਣਾ ਆ ਜਾਵੇ, ਜਮਾਂ ਕਰਾਉਣੇ ਆ ਉਹ ਕਹਿੰਦੇ ਨਹੀਂ, ਕਹਿੰਦੇ ਇੰਡੀਅਨ ਇੱਧਰਲੀ ਕਰੰਸੀ ਉਹ ਜਮ੍ਹਾਂ ਕਰਾ ਸਕਦੇ, ਤੁਸੀਂ ਇੰਡੀਅਨ ਕਰੰਸੀ ਚਾਹੇ ਅੱਜ ਕਢਾ ਲਈ ਆ ਤੇ ਕੱਲ੍ਹ ਨਹੀਂ ਕਰਾ ਸਕਦੇ? ਨਹੀਂ ਜੀ, ਤੁਹਾਨੂੰ ਉਹੀ ਦੱਸਿਆ ਜੀ NRO ਅਕਾਊਂਟ ਹੋ ਰਿਹਾ ਤੇ NRI ਹੋਰ ਉਹ ਜਿਹਦੇ 'ਚ ਤੁਸੀਂ ਕਹਿੰਦੇ ਨਹੀਂ ਕਰਾ ਸਕਦੇ ਉਹ ਅਕਾਊਂਟ ਹੋ ਰਿਹਾ। ਉਹ NRO ਅਕਾਊਂਟ ਨੋਨ ਰੈਜੀਡੈਂਸ ਆਰਡੀਨਰੀ ਅਕਾਊਂਟ ਆ, ਤੇ ਇੱਕ NRI ਅਕਾਊਂਟ ਹੁੰਦਾ ਨੋਨ ਰੈਜੀਡੈਂਸ ਐਕਸਟਰਨਲ ਅਕਾਊਂਟ, ਉਹਦੇ 'ਚ ਬਾਹਰਲੀ ਕਰੰਸੀ ਜਮ੍ਹਾਂ ਹੁੰਦੀ ਆ। ਜਿਹੜਾ NRO ਅਕਾਊਂਟ ਆ ਉਹਦੇ 'ਚ ਤੁਹਾਡੇ ਉੱਥੇ ਦਾ ਹਾਲਾ ਆਉਂਦਾ, ਕਿਰਾਇਆ ਆਉਂਦਾ, ਜੋ ਵੀ ਆਮਦਨ ਆਉਂਦੀ ਆ, ਉਹ ਉਹਦੇ 'ਚ ਅਸੀਂ ਸਿਰਫ ਉਹੀ ਅਕਾਊਂਟ ਖੁਲਾ ਸਕਦੇ, ਉਹਦੀ ਗੱਲ ਅਸੀਂ ਕਰਦੇ। ਉਹ NRO ਅਕਾਊਂਟ ਤੁਸੀਂ ਉੱਥੇ ਬਦਲੀ ਕਰਾ ਲਓ ਆਪਣਾ। ਬਿਲਕੁਲ, ਉਹਦੀ ਕੋਈ ਪ੍ਰੋਬਲਮ ਨਹੀਂ ਹੈ ਜੀ। ਹਾਂਜੀ, ਚਲੋ, ਓਕੇ ਜੀ।
ਹਾਂਜੀ, ਬਹੁਤ ਸਾਰੇ ਸੱਜਣਾਂ ਨੂੰ ਇੱਦਾਂ ਹੀ ਨਹੀਂ ਇਹੋ ਹੀ ਮਤਲਬ ਇਹ ਭੁਲੇਖਾ ਪੈ ਜਾਂਦਾ ਵੀ ਉਹ ਤੇ ਜਿਹੜਾ ਐਨ ਆਰ ਈ ਅਕਾਊਂਟ ਹੈ ਐਨ ਆਰ ਓ ਰਲਦਾ ਮਿਲਦਾ ਜਾ ਤੇ ਉਹ ਬਈ ਉਹਦੇ 'ਚ ਪੈਸੇ ਉੱਥੇ ਵਾਲੇ ਜਮ੍ਹਾਂ ਨਹੀਂ ਹੋਣ। ਹਾਂਜੀ, ਕਿਉਂਕਿ ਇਹ ਐਨ ਆਰ ਈ ਅਕਾਊਂਟ 'ਚ ਜੇ ਤੁਸੀਂ ਉੱਥੋਂ ਰੁਪਈਏ ਕਢਾ ਵੀ ਲਏ ਉਹਦੇ 'ਚ ਮੁੜ ਕੇ ਰੁਪਈਏ ਨਹੀਂ ਜਮ੍ਹਾਂ ਕਰਾ ਸਕਦੇ। ਹਾਂਜੀ, ਨਹੀਂ ਕਰਾ ਸਕਦੇ ਹਨ। ਹਾਂਜੀ, ਤੇ ਹੋਰ ਜੀ ਤੁਸੀਂ ਮਤਲਬ ਕਾਲ ਲੈ ਲਈਏ। ਹੈਲੋ 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 ਜੀ। ਹਾਂਜੀ, ਵਾਹਿਗੁਰੂ ਖਾਲਸਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਬਰਮਿੰਘਮ ਤੋਂ ਬੋਲਦਾ ਤਾਰਾ ਸਿੰਘ ਜੀ। ਹਾਂਜੀ, ਮੇਰਾ ਨਾ ਬਾਰਕਲੇ ਬੈਂਕ ਦੇ ਨਾਲ ਐਨ ਆਰ ਈ ਅਕਾਊਂਟ ਆ। ਠੀਕ ਹੈ, ਹੁਣ ਉਹਨਾਂ ਨੂੰ ਮੈਨੂੰ ਪੈਨ ਕਾਰਡ ਭੇਜਣਾ ਪਊਗਾ ਜਾਂ ਕਿੱਦਾਂ? ਐਨ ਆਰ ਈ ਅਕਾਊਂਟ ਲਈ ਨਹੀਂ ਜ਼ਰੂਰਤ ਜੀ, ਭੇਜਣ ਦੀ ਲੋੜ ਨਹੀਂ। ਨਹੀਂ, ਜੇ ਕੱਲਾ ਐਨ ਆਰ ਈ ਅਕਾਊਂਟ ਆ ਤੇ ਮਤਲਬ ਇਹ ਐਕਸਟਰਨਲ ਅਕਾਊਂਟ ਹੈ ਕਿਸੇ ਸੱਜਣ ਦਾ ਐਨ ਆਰ ਈ ਅਕਾਊਂਟ ਆ, ਹੋਰ ਹੈ ਨੀ ਕੋਈ ਅਕਾਊਂਟ, ਪਰ ਜੇ ਉੱਥੇ ਜਾਇਦਾਦ ਕੋਈ ਹੈਗੀ ਆ, ਜ਼ਮੀਨ ਹੈਗੀ, ਤੂੰ ਉਹਨੂੰ ਪੈਨ ਕਾਰਡ ਬਣਾ ਲੈਣਾ ਚਾਹੀਦਾ। ਬਿਲਕੁਲ, ਜ਼ਰੂਰੀ ਨੀ ਬਈ ਹੁਣ ਅੱਜ ਦੀ ਲੋੜ, ਕੱਲ ਨੂੰ ਲੋੜ ਪੈ ਸਕਦੀ ਹੈ। ਭੈਣਾਂ ਭਰਾਵਾਂ ਨੇ ਫਿਰ ਜ਼ਮੀਨਾਂ ਵੰਡਣੀਆਂ, ਹਾਂਜੀ, ਚਲੋ ਬਜ਼ੁਰਗਾਂ ਚਲੇ ਜਾਣਾ ਫਿਰ ਬਾਅਦ ਚ। ਬਿਲਕੁਲ, ਫਿਰ ਬਾਅਦ ਚ ਪਤਾ ਲੱਗਣਾ ਬਜ਼ੁਰਗਾਂ ਨੇ ਵਿੱਲ ਬਣਾਈ ਸੀ, ਫਿਰ ਚੌਦਾਂ ਖੇਤ। ਪੁੱਛੀ ਜੀ ਦਰਸ਼ਕਾਂ ਨੂੰ ਦੱਸਣ ਵਾਲੀ ਗੱਲ, ਜਿੱਦਾਂ ਹੁਣੇ ਭਾਈ ਸਾਹਿਬ ਦਾ ਟੈਲੀਫੋਨ ਆਇਆ ਵੀ ਉਹਦਾ ਐਨ ਆਰ ਈ ਅਕਾਊਂਟ ਆ, ਉਹਨੂੰ ਤਾਂ ਨਹੀਂ ਜ਼ਰੂਰਤ, ਪਰ ਜੇ ਉਹਦੀ ਹੋਰ ਕੋਈ ਪ੍ਰੋਪਰਟੀ ਹੈਗੀ ਤਾਂ ਫਿਰ ਉਹਨੂੰ ਵੀ ਜ਼ਰੂਰਤ ਹੈ। ਇੱਕ ਕਾਲ ਲੈ ਲਈ। ਹੈਲੋ, ਹਾਂਜੀ, ਵਾਹਿ ਖਾਲਸਾ ਵਾਹਿ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲਦੇ ਬੀਬੀ ਜੀ, ਕਿੱਥੋਂ ਬੋਲਦੇ ਜੀ? ਪੰਜੀ ਤੋਂ ਬਰਮਿੰਘਮ ਤੋਂ ਬੋਲਦੀ ਹਾਂ ਬਾਜੀ। ਹਾਂਜੀ ਅੰਕਲ ਜੀ, ਮੈਂ ਪੁੱਛਣਾ ਸੀਗਾ ਵੀ ਜਿੱਦਾਂ ਜਿਹੜੀਆਂ ਐਪ ਦੀਆਂ ਪਾਉਂਦਾ ਜੀ ਬਣਾਈਆਂ ਹੁੰਦੀਆਂ ਵੀ ਉਹ ਐਪ ਦੀਆਂ ਬਣੀਆਂ ਆਪਣੀਆਂ ਦੇ ਵਿੱਚ ਵੀ ਉਹ ਉਹਨਾਂ ਨੂੰ ਕੋਈ ਪ੍ਰੋਬਲਮ ਮੇਰੇ ਕੋਲ ਪੈਨ ਕਾਰਡ ਤਾਂ ਬਣਾਇਆ ਆ। ਨਹੀਂ, ਕਾਹਦੇ 'ਚ ਕਰਾਈਆਂ ਹੋਈਆਂ ਐਫ ਡੀਆਂ ਜੀ? ਦੋ ਐਫ ਡੀਆਂ ਕੋਲ ਪੌਂਡਾ ਵਿੱਚ ਆ। ਪੌਂਡਾ ਵਿੱਚ ਆ? ਹਾਂਜੀ। ਉਹਨਾਂ ਦੀ ਕੋਈ ਕੋਈ ਪ੍ਰੋਬਲਮ ਨੀ ਜੀ? ਬਸ ਠੀਕ ਆ ਜੀ, ਫਿਰ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨੀ ਜੀ। ਨਹੀਂ, ਐਫ ਡੀਆਂ ਨੂੰ ਨਹੀਂ, ਤੁਹਾਡੀਆਂ ਐਨ ਆਰ ਈ ਅਕਾਊਂਟ ਚੋਂ ਐਫ ਡੀਆਂ ਆ ਨਾ? ਪੌਂਡਾ ਚ ਆ, ਤਾਂ ਉਹਦੀ ਕੋਈ ਗੱਲ ਨੀ ਜੀ, ਉਹਦਾ ਉਹਦਾ ਕੋਈ ਮਤਲਬ ਨੀ। ਉਹ ਰੁਪਈਆਂ ਚ ਵੀ ਆ, ਰੁਪਈਆਂ ਚ ਵੀ ਆ, ਉਹ ਕਿਹੜੇ ਅਕਾਊਂਟ ਚੋਂ ਆ? ਉਹ ਤਾਂ ਮੇਰੇ ਖਿਆਲ ਦੂਸਰਾ ਓਰਿਜਨਲ ਅਕਾਊਂਟ ਹੈ ਜਿਹਦਾ ਓਰਿਜਨਲ ਪੈਸੇ ਰੱਖੇ ਆ। ਹਾਂ, ਬਾ ਉਹ ਅਕਾਊਂਟ, ਉਹ ਜਿਹੜੇ ਤੁਹਾਡੇ ਉੱਥੇ ਦਾ ਹੋਣਾ ਰੈਜੀਡੈਂਸ ਅਕਾਊਂਟ, ਉਹਨੂੰ ਤੁਸੀਂ ਐਨ ਆਰ ਓ ਚ ਬਦਲੀ ਕਰ ਦਿਓ। ਜਿੰਨੀ ਚਲਦੀ ਹੁੰਦਾ ਗਾ। ਠੀਕ ਹੈ ਅੰਕਲ ਜੀ, ਮੋਹਲੇ ਸਾਲ ਤੱਕ ਜਾਣਾ ਹੁਣ ਤੇ ਨਹੀਂ ਜਾਂਦੀ, ਜਿਹਦਾ ਬੈਂਕ ਨੂੰ ਪੈਗਾ ਪੁੱਛਣਾ ਪਊਗਾ। ਬਿਲਕੁਲ ਜੀ, ਉਹ ਤਾਂ ਤੁਹਾਨੂੰ ਮਤਲਬ ਉਹਦੇ ਤੇ ਜਿੱਦਾਂ ਐਨ ਆਰ ਓ ਦੇ ਵਿੱਚ ਹੁਣ ਉਦਾਂ ਤੇ ਉਹਨਾਂ ਨੇ ਜਿਹੜੇ ਉਹ ਅਕਾਊਂਟ ਆ, ਇਹਨਾਂ ਨੇ 31 ਦਸੰਬਰ ਤੋਂ ਬਾਅਦ ਉਹ ਫਰੀਜ ਕਰ ਦੇਣੇ ਆ ਵੀ, ਜਾਂ ਉਹਨਾਂ ਦਾ ਆਧਾਰ ਕਾਰਡ ਉਹ ਉੱਥੇ ਵਾਲਿਆਂ ਲਈ ਆ, ਤੇ ਜੇ ਉਹ ਅਕਾਊਂਟ ਤੁਹਾਡਾ ਉੱਥੇ ਵਾਲਾ ਤੇ ਸਾਡੇ ਤੇ ਵੀ ਉਹ ਗੱਲ ਲਾਗੂ ਹੁੰਦੀ ਆ। ਦੂਸਰਾ, ਅਸੀਂ ਉਹ ਬਣਾ ਨਹੀਂ ਸਕਦੇ ਆਧਾਰ ਕਾਰਡ, ਇਸ ਕਰਕੇ ਉਹਨੂੰ ਜਿੰਨਾ ਵੀ ਛੇਤੀ ਹੁੰਦਾ ਤੁਸੀਂ ਉਸ ਅਕਾਊਂਟ ਨੂੰ ਦੂਸਰੇ ਅਕਾਊਂਟ 'ਚ ਐਨ ਆਰ ਓ 'ਚ ਬਦਲੀ ਕਰ ਦਿਓ। ਓਕੇ ਜੀ। ਹਾਂਜੀ ਹਾਂਜੀ, ਇੱਕ ਪੀ ਆਈ ਓ ਕਾਰਡ ਬਾਰੇ। ਹਾਂ, ਉਹ ਪੀ ਆਈ ਓ ਕਾਰਡ ਦਾ ਇੱਕ ਵਾਰੀ ਮਤਲਬ ਜ਼ਰੂਰ ਦੱਸ ਦਿਓ, ਕਿਉਂਕਿ ਹਾਂਜੀ ਇੱਕ ਦਰਸ਼ਕਾਂ ਲਈ ਜ਼ਰੂਰੀ ਸੂਚਨਾ ਹੈਗੀ, ਕਈਆਂ ਨੇ ਪੀ ਆਈ ਓ ਕਾਰਡ ਬਣਾਏ ਆ ਜਿਨ੍ਹਾਂ ਦੇ ਓ ਸੀ ਆਈ ਕਾਰਡ ਨਹੀਂ ਬਣਦੇ ਸੀ। ਪੀ ਆਈ ਓ ਕਾਰਡ ਉਹਨਾਂ ਦੀ ਪਰਸਨ ਆਫ ਇੰਡੀਅਨ ਓਰੀਜਨ ਵਾਲਾ
ਜਿਹੜਾ ਇੰਡੀਆ ਦਾ 15 ਸਾਲ ਦਾ ਵੀਜ਼ੇ ਵਾਲਾ ਕਾਰਡ ਬਣਦਾ ਸੀ OCI ਕਾਰਡ ਵਰਗਾ ਹੀ ਦਿਖਣ ਨੂੰ ਹੁੰਦਾ ਸੀਗਾ। ਅਤੇ ਉੱਤੇ ਉਹ ਕਈ ਤਰ੍ਹਾਂ ਦੇ ਫਿਰ ਬਾਅਦ 'ਚ ਚੇਂਜਸ ਹੁੰਦੀਆਂ ਰਹੀਆਂ, ਫਿਰ ਉਹ 6-6 ਮਹੀਨੇ ਦੀ ਐਕਸਟੈਂਸ਼ਨ ਦਿੰਦੇ ਰਹੇ ਵੀ ਜੇ ਇਹਨੂੰ OCI ਵਿੱਚ ਕਰਾਉਣਾ ਤਾਂ ਫ੍ਰੀ ਕਰਾ ਸਕਦੇ ਹਾਂ। ਅਤੇ ਉਹ ਹੁਣ ਅੱਜ ਕੱਲ੍ਹ ਜਿਹੜੀ ਐਕਸਟੈਂਸ਼ਨ ਸੀ 31 ਦਸੰਬਰ ਤੱਕ ਚੱਲਦੀ ਸੀ, ਅਤੇ ਉਹ ਹੁਣ ਇਹ ਆ ਗਿਆ ਵੀ 31 ਦਸੰਬਰ ਤੱਕ ਜੇ ਚੇਂਜ ਕਰਾਉਣਾ OCI ਵਿੱਚ ਫ੍ਰੀ ਕਰਾ ਸਕਦੇ ਹੋ ਤੁਸੀਂ, ਫ੍ਰੀ ਆਫ ਚਾਰਜ। ਬਾਕੀ ਉਹ ਵੀਜ਼ਾ ਸੈਂਟਰ ਵਾਲੇ ਥੋੜ੍ਹੇ ਜਿਹੇ ਪੈਸੇ ਲੱਗਣੇ ਆ ਉਹਦੇ, ਤਕਰੀਬਨ 25 ਪਾਉਂਡ। ਅਤੇ 31 ਦਸੰਬਰ ਤੋਂ ਬਾਅਦ ਜੇ PIO ਤੋਂ ਨੂੰ OCI ਵਿੱਚ ਟ੍ਰਾਂਸਫਰ ਕਰਾਉਣਾ ਪਿਆ ਤਾਂ ਉਹਦੀ ਫੀਸ OCI ਵਾਲੀ ਜਿਹੜੀ ਇਸ ਵੇਲੇ ਫੁੱਲ ਫੀਸ ਚੱਲਦੀ ਆ ਤਕਰੀਬਨ 217 ਪਾਉਂਡ ਉਹਦੇ ਲੱਗ ਜਾਂਦੇ ਆ। ਉਹ ਲੱਗਿਆ ਕਰ ਰਹੀਆਂ ਜਿਨ੍ਹਾਂ ਜਿਨ੍ਹਾਂ ਦੇ PIO ਕਾਰਡ ਬਣੇ ਆ ਉਹ ਕਿਰਪਾ ਕਰਕੇ ਜਿਹਦੇ ਆਪਣੇ ਆ ਜਾਂ ਘਰ 'ਚ ਜਾਂ ਬਜ਼ੁਰਗਾਂ ਦੇ ਰਿਸ਼ਤੇਦਾਰਾਂ ਦੇ ਜਿਹਦੇ ਵੀ ਬਣੇ ਆ ਚੈੱਕ ਕਰਕੇ ਤਾਂ ਜਿੰਨੀ ਜਲਦੀ ਹੁੰਦਾ 31 ਦਸੰਬਰ ਤੋਂ ਪਹਿਲਾਂ ਉਹ ਫ੍ਰੀ ਆਫ ਚਾਰਜ OCI ਵਿੱਚ ਟ੍ਰਾਂਸਫਰ ਕਰਾ ਲੈਣੇ ਚਾਹੀਦੇ ਆ। 31 ਮੇਰਾ ਖਿਆਲ ਹੁਣ ਐਕਸਟੈਂਡ ਨਹੀਂ ਕਰਨਗੇ, ਬਹੁਤ ਵਾਰੀ ਐਕਸਟੈਂਡ ਇਹਨਾਂ ਨੇ ਕਰ ਦਿੱਤੇ ਆ ਹੁਣ ਤਾਂ ਉਹ, ਕਿਉਂਕਿ ਹੁਣ ਇਹ ਆ ਵੀ ਅਗਲੇ ਸਾਲ ਤੋਂ ਉਹ ਮਸ਼ੀਨ ਰੀਡੇਬਲ ਉਹ ਬਣਨੇ ਆ ਜਿੱਦਾਂ ਦੇ ਬ੍ਰਿਟਿਸ਼ ਪਾਸਪੋਰਟ 'ਤੇ। ਹਾਂਜੀ ਹਾਂਜੀ। ਅਤੇ ਉਹ ਜਿਹੜਾ PIO ਕਾਰਡ ਹੈ ਉਹ 'ਤੇ ਸਾਰੀ ਡਿਟੇਲ ਹੱਥ ਨਾਲ ਪੈਨ ਨਾਲ ਲਿਖੀ ਹੁੰਦੀ ਆ, ਤੁਹਾਡਾ ਨਾਂ ਲਿਖਿਆ ਹੁੰਦਾ, ਡੇਟ ਆਫ ਬਰਥ ਹੈ ਅਤੇ ਪਾਸਪੋਰਟ ਨੰਬਰ ਹੈ, ਘਰ ਦਾ ਐਡਰੈਸ ਹੈ, ਸਾਰਾ ਕੁਛ ਹੱਥ ਨਾਲ ਲਿਖਿਆ। ਅਤੇ ਉਹ ਜਿਹੜੇ ਹੁਣ ਏਅਰਪੋਰਟਾਂ ਦੇ ਜਿਹੜੇ ਉਹ ਸਕੈਨਰ ਲੱਗਿਆ ਉਹਨਾਂ ਦੇ ਵਿੱਚ ਉਹ ਹੱਥ ਨਾਲ ਲਿਖੇ ਜਿਹੜੇ ਡਾਕੂਮੈਂਟ ਉਹ ਉਹਨਾਂ ਨੂੰ ਸਹੀ ਨਹੀਂ ਕਰ ਹੁੰਦੇ, ਤਾਂ ਕਰਕੇ ਉਹ ਹੁਣ ਸਾਰਿਆਂ ਨੂੰ OCI ਕਾਰਡ ਹੀ ਬਣਾਉਣੇ ਪੈਣੇ, PIO ਕਾਰਡ। ਇਸ ਕਰਕੇ ਹੁਣ 1 ਜਨਵਰੀ ਤੋਂ ਜਿਹੜੀ ਆ ਉਹਦੀ ਪੂਰੀ ਫੀਸ ਲੱਗਿਆ ਕਰਦੀ ਆ 217 ਪਾਉਂਡ OCI ਦੀ। ਠੀਕ ਹੈ ਜੀ, ਇੱਕ ਕਾਲ ਲੈ ਲਈਏ ਜੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਹਾਂਜੀ, ਇੱਥੋਂ ਬੋਲਦੇ ਆ, ਸੌਥ ਹਾਲ ਤੋਂ। ਹਾਂਜੀ, ਹਾਂ, ਇੱਕ ਕੁਐਸਚਨ ਪੁੱਛਣਾ ਜੀ ਮੈਂ ਇੱਕ। ਹਾਂਜੀ, ਜਿੱਦਾਂ ਆਪਣਾ NRI ਕੌਨ ਨੰਬਰ ਇੰਡੀਆ ਵਿੱਚ ਆ, ਹਾਂਜੀ, ਤੇ ਉੱਥੇ ਕੋਈ ਪ੍ਰੋਪਰਟੀ ਵੇਚਣੀ ਹੋਵੇ ਤੇ ਉਹਦੇ ਪੈਸੇ NRI ਵਿੱਚ ਜਮਾ ਕਰਾ ਸਕਦੇ ਆ? ਨਹੀਂ ਜੀ, NRO ਵਿੱਚ, NRI ਵਿੱਚ ਨਹੀਂ ਹੋਣੇ। ਅੱਛਾ, ਉਹ ਚ ਨਹੀਂ ਹੋਣੇ ਹੈਗੇ? ਉਹ ਚ ਨਹੀਂ ਹੋਣੇ, ਉਹ NRI ਅਕਾਊਂਟ ਦੇ ਵਿੱਚ ਸਿਰਫ ਬਾਹਰਲੀ ਕਰੰਸੀ ਜਮਾ ਹੁੰਦੀ ਆ। ਬਾਹਰਲੀ ਉਹਦੇ ਪੌਂਡ ਬਣਾ ਕੇ ਫੇਰ ਹੋ ਸਕਦੇ ਹੈ ਨਾ? ਨਹੀਂ, ਪੌਂਡ ਕਿੱਥੇ ਬਣਾਉਂਗੇ? ਪੌਂਡ ਬਣਾ ਕੇ, ਪੌਂਡ ਤੇ ਜਦੋਂ ਬਣ ਗਿਆ ਫੇਰ ਉਹ ਬਾਹਰਲੀ ਕਰੰਸੀ ਬਣ ਗਈ। ਲੇਕਿਨ ਤੁਹਾਨੂੰ ਅਕਾਊਂਟੈਂਟ ਕਰਨਾ ਪਊਗਾ, ਅਕਾਊਂਟੈਂਟ ਦੱਸੂਗਾ ਇਹ ਪੈਸੇ ਕਿੱਥੋਂ ਆਏ ਆ। ਫੇਰ ਉਹਦੇ ਤੇ ਜੇ ਤੁਸੀਂ ਕੋਈ ਚੀਜ਼ ਵੇਚੀ ਆ ਉਹਦਾ ਅਕਾਊਂਟੈਂਟ ਹਿਸਾਬ ਕਿਤਾਬ ਕਰੂਗਾ, ਉਹਦੇ ਤੇ ਟੈਕਸ ਵੀ ਲੱਗਣਾ। ਠੀਕ ਹੈ, ਟੈਕਸ, ਉਹ ਟੈਕਸ ਦੇ ਹਰ ਬੰਦੇ ਦੇ ਮਤਲਬ ਇੰਡੀਵਿਜੁਅਲ ਹੈ, ਮਤਲਬ ਕਿੱਦਾਂ ਉਹਦੀ ਇਹ ਪ੍ਰੋਪਰਟੀ ਕਿੱਦਾਂ ਦੀ ਸੀ, ਅਤੇ ਉਹ ਫਿਰ ਅਕਾਊਂਟੈਂਟ ਜਿਹੜਾ ਉਹਦੇ ਤੋਂ ਲੈਟਰ ਲੈ ਕੇ ਤਦ ਤੁਸੀਂ ਉਹ ਪੈਸੇ ਮੰਗਾ ਸਕਦੇ ਹਾਂ। ਹਾਂਜੀ, ਪ੍ਰੋਬਲਮ ਨਹੀਂ ਕੋਈ, ਬਸ ਕੰਮ ਹੀ ਵਧੀ ਜਾਂਦਾ ਜ਼ਿਆਦਾ। ਹਾਂਜੀ, ਪੇਪਰ ਵਰਕ ਜ਼ਿਆਦਾ ਵਧੀ ਜਾਂਦਾ, ਅਕਾਊਂਟ ਖੁਲਾਉਣਾ ਪੈਣਾ ਹਨਾ ਉੱਥੇ। ਹਾਂਜੀ, NRO ਅਕਾਊਂਟ। ਹਾਂਜੀ, NRO ਅਕਾਊਂਟ। ਹਾਂਜੀ, ਥੈਂਕ ਯੂ। ਮੇਰਾ ਪੈਨ ਕਾਰਡ ਬਣਾ ਲਿਆ ਤੁਸੀਂ? ਅਪਲਾਈ ਕੀਤਾ ਆ, ਹੋ ਗਿਆ 2 ਵੀਕਾਂ। ਠੀਕ ਹੈ ਠੀਕ ਹੈ, ਬਸ ਉਹ ਤਾਂ ਆ ਜਾਣ। ਹਾਂਜੀ ਹਾਂਜੀ, ਓਕੇ ਜੀ, ਥੈਂਕ ਯੂ ਜੀ, ਓਕੇ ਓਕੇ। ਹਾਂਜੀ, ਪੁੱਛਣ ਜੀ ਤੁਸੀਂ ਕੋਈ ਗੱਲ ਹੋਰ, ਕਿਉਂਕਿ ਟਾਈਮ ਆਪਣੇ ਕੋਲ ਤਕਰੀਬਨ 2 ਮਿੰਟ ਦਾ ਹੀ ਰਹਿੰਦਾ। ਹਾਂਜੀ, ਇਹਦੇ ਵਿੱਚ ਇੱਕ ਤਾਂ ਹੁਣ ਇਹ ਆ ਵੀ ਅੱਗੇ ਹੁਣ ਕ੍ਰਿਸਮਸ ਦੀ ਛੁੱਟੀਆਂ ਵੀ ਆ ਜਾਣੀਆਂ, ਉਹਦੇ ਕਰਕੇ ਵੀ ਕੁਛ ਨਾ ਕੋ ਸਟਾਫ ਵੀ ਘੱਟ ਜਾਣਾ, ਛੁੱਟੀਆਂ ਵੀ ਹੋਣੀਆਂ, ਅਪਾਇੰਟਮੈਂਟਾਂ ਵੀ ਫਿਰ ਹੁਣ ਉਨੀਆਂ ਲੇਟ ਹੋ ਜਾਣੀਆਂ। ਸੋ 31 ਦਸੰਬਰ ਤੋਂ ਪਹਿਲਾਂ ਪਹਿਲਾਂ ਜਿਹੜੇ PIO ਕਾਰਡ ਚੇਂਜ ਫ੍ਰੀ ਕਰ ਗਏ, ਅਤੇ ਬਾਕੀ ਰਹਿ ਗਏ ਫਿਰ ਉਹ ਪੂਰੀ ਫੀਸ ਦੇ ਉੱਤੇ। ਬਿਲਕੁਲ, ਅਤੇ ਉਹਦੇ ਵਿੱਚ ਮਤਲਬ ਇੱਕ ਤਾਂ ਅੱਗੇ ਹੀ ਖਰਚਾ ਹੋਇਆ, ਕ੍ਰਿਸਮਸ 'ਤੇ ਜ਼ਿਆਦਾ ਖਰਚਾ ਹੋਇਆ ਹੁੰਦਾ ਆ, ਅਤੇ ਫਿਰ ਪਤਾ ਲੱਗਣਾ ਵੀ ਚੜ੍ਹੇ ਸਾਲ ਦੇ ਵਿੱਚ ਇੱਕ ਹੋਰ ਖਰਚਾ ਪੈ ਗਿਆ। ਸਾਰਿਆਂ ਨੂੰ ਇਹ ਬੇਨਤੀ ਹੈ, ਵਾਰ ਵਾਰ ਬੇਨਤੀ ਕਰਦੇ ਹਾਂ ਅਸੀਂ, ਸਾਡੇ ਦਫ਼ਤਰ ਵੀ ਹੁੰਦੇ ਆ, ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਜਿਹਦਾ ਜਿਹੜਾ PIO ਕਾਰਡ ਬਣਿਆ ਉਹ ਫ੍ਰੀ ਦੇ ਵਿੱਚ OCI ਬਣਦੇ ਆ, ਅਤੇ ਉਹ ਤੁਸੀਂ 31 ਦਸੰਬਰ ਤੋਂ ਪਹਿਲਾਂ ਜ਼ਰੂਰ ਬਣਾ ਲੈਣੇ ਚਾਹੀਦੇ। ਬਿਲਕੁਲ ਜੀ, ਬਿਲਕੁਲ। ਹਾਂਜੀ ਸਰ ਜੀ, ਮੈਂ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ, ਜਿਸ ਤਰ੍ਹਾਂ ਪਹਿਲਾਂ ਸ਼ੁਰੂ 'ਚ ਕੀਤੀ ਸੀ ਕਿ ਸੰਗਤ TV ਲਈ ਜੋ ਅਪੀਲ ਚੱਲ ਰਹੀ, ਆਪਨੇ ਸੰਗਤ TV ਦੇ ਦਰਸ਼ਕਾਂ ਨੇ ਸਾਰਿਆਂ ਨੇ ਸਰਵਣ ਕੀਤਾ ਆ ਕੁਛ ਦਿਨਾਂ ਤੋਂ। ਸੋ ਆਪ ਨੂੰ ਬੇਨਤੀ ਹੈ, ਕਿਉਂਕਿ ਸੰਗਤਾਂ ਦਾ ਚੈਨਲ ਹੈ, ਸੰਗਤਾਂ ਇਹਨੂੰ ਚਲਾ ਰਹੀਆਂ ਅਤੇ ਸੰਗਤਾਂ ਨੇ ਇਹਨੂੰ ਚਲਾਉਣਾ ਹੈ। ਸੋ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਡਾਇਰੈਕਟ ਡੈਬਿਟ ਟੈਲੀਫੋਨ ਕਰਕੇ ਫਾਰਮ ਮੰਗਾ ਕੇ ਜ਼ਰੂਰ ਭੇਜੋ, ਔਰ ਉਸ ਤਰ੍ਹਾਂ ਵੀ ਕਿਸੇ ਨੇ ਮਾਇਆ ਦੇਣੀ ਹੈ ਤਾਂ ਉਹ ਟੈਲੀਫੋਨ ਕਰਕੇ ਆਪ
इस सेवा दे विच आप हिस्सा पा सकते हो। सो प्रोग्राम करदिया बहुत सारिया गलतियां हो जांदियां हन, उहदे अहीं खिमा दे जाचकां। बहुत सारे सज्जणां दे फोन आए, हो सकदा असी कई सज्जणां दे फोन नाम ही लै सके होवांगे, उन्हां तों मैं इसी खिमा मंगदे हाँ। पर असी ये कहिंदे हाँ कि बाद दे विच भी साडा फोन जदों मर्जी इत्थों स्टूडियो तो लैके तुसी फोन करके भी जिहड़ी कोई गलबात दा सानूं पता असी आप संगतां नूं दसदे रहिंदे हाँ, तुसी फोन कर सकते हो बाद दे विच भी। श्रीमान भरत भूषण जी है जिहड़े कि शहीद ऊधम सिंह वैलफेयर सेंटर सोहो रोड ते हमेशा ही इस काम दे विच बहुत ही बिजी रहिंदे हन, उन्हां नूं भी तुसी फोन करके उत्थे, क्योंकि काफ़ी वलंटीयर सज्जण काम करदे हन उस दफ्तर दे विच, और फोन दे उत्ते जिहड़ा भी फोन चकदा उहदे कोलों ही तुसी हर सलाह पुछ सकदे हो। सो वह दसण दे लायक है, दसण दे काबिल हन। सो बहुत सारे सज्जण उत्थे भी सेवा करदे हन, सो आप पुछ सकदे हो। सो अगले बुधवार इस तरह ही आप दी सेवा च प्रोग्राम लैके फिर असी हाजिर होवांगे। सो हुण अंत विच फतेह बुलाओ। वाहिगुरू जी का खालसा, वाहिगुरू जी की फतेह। संगत टीवी, गुरु प्यारी संगत दा अपना टीवी, जिहड़ा के पिछले 6 सालां तो गुरु साहिब दी पवित्र बाणी दे पाठ, शब्द कीर्तन अते कथा दे प्रोग्रामा नाल संगत दी सेवा विच हाजिर है। धर्म सेवा दे नाल संगत टीवी ने कौम दे समाजिक पहलू नूं भी सदैव निगाह च रख्या है। ओह भावें पंजाब दे चुनाव होण जां यूके दे राइट्स, संगत टीवी हमेशा सच नूं पेश करन च अग्गे ही रहा है। इस तों इलावा गुजरिया सालां विच संगत टीवी ने अनेक चैरिटी दे कमां वास्ते फंड इकट्ठे करके कौम दी भलाई विच भी अपना पूरा हिस्सा पाया है। इन्हां सारियां सेवावां विच संगत टीवी ने ना कदे अपना कमिशन रख्या ते ना ही कदे अपने लई संगत तों फंड्स दी अपील कीती, पर अज संगत टीवी नूं साध संगत दी सहायता दी बड़ी लोड़ है, क्योंकि अज संगत टीवी 2 लाख पाउंड दे बिलां दे कर्जे विच दबिया है। सारी साध संगत नूं निम्रता सहित ए अपील कीती जांदी है कि संगत दे इस चैनल संगत टीवी दी सलामती लई अपना योगदान पाओ ते अपनी सेवा प्रदान करन वास्ते नंबर मिलाओ 0203905799, 0203905799।